मेरा पिंड 360 यदा मतलब हैगा 360 भी ऑलराउंड अपने पिंड दे लोकां दी सेवा करनी आ ह्यूमन डेवलपमेंट ऑलराउंड हर एक एरिए दे विच। जिहड़ा अपना घर सी जिथे कोई नहीं सी रह रहा जिहनू बचका उग पैना काही उग पैनी कदे घर खाली सी खाली सी ठीक है ओनू अहीं तां पहलां अहीं कहा भी इहनू बसदा भी करना पर लोकां दे काम भी आवे उहदे अहीं चार पोर्शन बणाए जी। ओके इक उहदी लाइब्रेरी खोली ਸੀ 15 ਕੰਪਿਊਟਰ ਰੱਖੇ ਹੋਏ ਨੇ ਅੱਛਾ ਹਾਈ ਸਪੀਡ ਇੰਟਰਨੈਟ ਕਨੈਕਟਡ ਨੇ ਉਹ ਫੀਸ ਕਿੰਨੀ ਲੈਂਦੇ ਹੋ ਫੀਸ ਜ਼ੀਰੋ ਸਾਰੇ ਸੈਂਟਰ ਦੇ ਵਿੱਚ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਪੈਸਾ ਕਦੇ ਐਕਸਚੇਂਜ ਨਹੀਂ ਹੁੰਦਾ ਕਦੇ ਫੜੀਦਾ ਹੀ ਨਹੀਂ ਠੀਕ ਹੈ ਜੀ ਜੂਟ ਤੋਂ ਪ੍ਰੋਡਕਟ ਬਣਾਉਣ ਦੀ ਟ੍ਰੇਨਿੰਗ ਦਿੱਤੀ ਉਹ ਯੂਪੀ ਤੋਂ ਕੁੜੀ ਆਈ ਉਹ ਪ੍ਰੋਡਕਟ ਜੀ ਲੇਡੀ ਦੇ ਸਲੈਂਗ ਬੈਗਸ ਟੋਟ ਬੈਗ ਇੱਕ ਜਿਹੜੀਆਂ ਡੋਲ ਹੁੰਦੀਆਂ ਬਾਰਬੀ ਟਾਈਪ ਇੱਥੋਂ ਲੈ ਕੇ ਇੰਨਾ ਸੋਹਣਾ ਬਾਈ ਹੈਂਡ ਉਹਨਾਂ ਨੇ ਉਹਨਾਂ ਦੀਆਂ ਡਰੈਸਿਸ ਬਣਾ ਕੇ ਚਾੜੀਆਂ ਉੱਤੇ ਜੀ। ਚੌਥਾ ਪ੍ਰੋਜੈਕਟ ਜਿਹੜਾ ਹੈਗਾ ਉਹ ਹੈਗਾ ਫੁੱਲ ਸਕੇਲ ਵੀਡੀਓ ਕਾਨਫਰੰਸ ਰੂਮ ਬਣਾਇਆ ਹੋਇਆ ਜੀ ਉਹ ਰਿਮੋਟਲੀ ਵੈਬਿਨਾਰ ਤੇ ਸੈਮੀਨਾਰ ਚਾਰ ਜ਼ਿਮੀਂਦਾਰਾਂ ਨੇ ਕੰਟਰੈਕਟ ਉਹਨਾਂ ਨੇ ਸਾਈਨ ਕਰ ਲਿਆ ਵੀ ਅਸੀਂ ਕਣਕ ਦੀ ਬਜਾਏ ਫੁੱਲ ਲਾਉਣੇ ਆ ਔਰ ਉਹਦੀ ਇਨਕਮ 3 ਗੁਣਾ ਜ਼ਿਆਦਾ ਕਣਕ ਨਾਲੋਂ ਹੁੰਦੀ ਆ ਜੇ ਫੁੱਲਾਂ ਦੀ ਲਾਉਂਦੇ ਆ। 30 ਬੱਚਿਆਂ ਨੂੰ ਸਪੋਕਨ ਇੰਗਲਿਸ਼ 3 ਮਹੀਨੇ ਦੀ ਸਿਖਾ ਰਹੇ ਆ ਮੁੰਡੇ ਕੁੜੀਆਂ ਨੂੰ ਉਹ ਪਿਛਲੀ ਵਾਰ ਜਦੋਂ ਮੈਂ ਆਇਆ ਆਪਣੇ ਪਿਛਲੇ ਮਾਰਚ ਦੇ ਵਿੱਚ ਉਦੋਂ ਰਿਕੁਐਸਟ ਕੁੜੀਆਂ ਦੀ ਆਈ ਵੀ ਅੰਕਲ ਸਾਨੂੰ ਲਿਖਣੀ ਵੀ ਆਉਂਦੀ ਆ ਪੜ੍ਹਨੀ ਵੀ ਆਉਂਦੀ ਸਾਨੂੰ ਬੋਲਣ ਤੋਂ ਇੰਨੀ ਸ਼ਰਮ ਹੈ ਹੁਣ 3 ਮਹੀਨੇ ਉਹਨਾਂ ਦੀ ਰਿਕੁਐਸਟਾਂ ਅਸੀਂ ਐਡ ਕਰ ਲਈ। ਪਰਪਸ ਸਾਡਾ ਇਹ ਹੈ ਵੀ ਯੰਗਸਟਰ ਨੂੰ ਨੌਲੇਜ ਹਿਸਟਰੀ ਕਲਚਰ ਅਤੇ ਹਿਊਮਨ ਵੈਲਿਊ ਦੇ ਨਾਲ ਜੋੜੋ ਤਾਂ ਕਿ ਉਹ ਡਰੱਗ ਵਗੈਰਾ ਤੋਂ ਵੀ ਦੂਰ ਰਹਿਣ ਤਾਂ ਕਿ ਉਹਨਾਂ ਦੀ ਪਰਸਨੈਲਿਟੀ ਖੁਦ ਜਿਹੜੀ ਵੈਲਿਊ ਬਣੇ ਉਹ। ਜੇ ਤੁਸੀਂ ਇਕੱਲੇ ਬੱਚਿਆਂ ਨੂੰ ਦੋਨਾਂ ਨੂੰ ਦਸਾਂ ਨੂੰ ਪੜ੍ਹਾ ਸਕਦੇ ਹੋ ਉਹ ਪੜ੍ਹਾ ਦਿਓ ਉਹ ਜੂਟ ਤੋਂ ਜਿਹੜੀਆਂ ਚੀਜ਼ਾਂ ਬਣਦੀਆਂ ਉਹਨਾਂ ਦੀ ਟ੍ਰੇਨਿੰਗ ਦਾ ਪ੍ਰੋਸੈਸ ਦੱਸਤਾ ਬੀਬੀਆਂ ਆਤਮ ਨਿਰਭਰ ਹੋ ਜਾਣਗੀਆਂ। ਫਿਰ ਜਿਹੜੇ ਬੱਚੇ ਆਈਟੀ ਦਾ ਕੋਰਸ ਕਰਦੇ ਉਹਨਾਂ ਦੀ ਗੱਲ ਕਰ ਲਓ ਸਪੋਕਨ ਇੰਗਲਿਸ਼ ਦੀ ਗੱਲ ਕਰ ਲਓ ਵੱਡੀਆਂ ਕ੍ਰਾਂਤੀਆਂ ਕਰਨ ਦਾ ਸਮਾਂ ਨਾ ਆਵੇ ਆਪਣੇ ਪਿੰਡ ਦੇ ਵਿੱਚ ਆਪਾਂ ਸ਼ੁਰੂਆਤ ਕਰੀਏ ਨਾ ਅਤੇ ਉੱਥੇ ਬੈਠੇ ਹੀ ਝਾਈਆਂ ਜਿਹੀਆਂ ਲਈ ਜਾਈਏ ਕਿ ਭਾਈ ਮੈਂ ਕੁਛ ਕਰਨਾ ਚਾਹੁੰਦਾ ਜੇ ਕਰਨਾ ਚਾਹੁੰਦਾ ਤਾਂ ਕੋਟਲੀ ਰਾਈਆਂ ਆ ਜਾਓ ਨਹੀਂ ਪਤਾ ਲੱਗਦਾ ਤਾਂ ਸਾਨੂੰ ਪੁੱਛ ਲਓ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਪੁੱਛ ਲਓ ਮੈਂ ਤੁਹਾਨੂੰ ਅਤਾ ਪਤਾ ਸਾਰਾ ਕੁਛ ਜਿਹੜਾ ਦੇ ਦੂੰਗਾ ਭਾਵੇਂ ਅੱਧੀ ਰਾਤ ਨੂੰ ਠਾਲ ਲਓ ਇਸ ਕੰਮ ਦੇ ਲਈ। ਪੰਜਾਬ ਦੇ ਵਿੱਚ ਅਜੇ ਬਹੁਤ ਕੁਝ ਕਰਨ ਵਾਲਾ ਚਾਹੇ ਪੰਜਾਬ ਦੇ ਪਿੰਡ ਹੋਣ ਸ਼ਹਿਰ ਹੋਣ ਜਾਂ ਕਸਬੇ ਹੋਣ ਬਹੁਤ ਸਾਰੇ ਬੱਚੇ ਆ ਜਿਹੜੇ ਪੜ੍ਹਨਾ ਚਾਹੁੰਦੇ ਆ ਪਰ ਕਈ ਵਾਰੀ ਪਰਿਵਾਰਾਂ ਦੀ ਆਰਥਿਕ ਹਾਲਤ ਇਦਾਂ ਦੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਪ੍ਰੋਪਰ ਮੌਕਾ ਨਹੀਂ ਮਿਲ ਸਕਦਾ ਜੇ ਮੌਕਾ ਮਿਲੇ ਤਾਂ ਉਹ ਬਹੁਤ ਸਾਰੀਆਂ ਤਰੱਕੀਆਂ ਕਰ ਸਕਦੇ ਆ। ਦੂਸਰੇ ਪਾਸੇ ਬਹੁਤ ਸਾਰੇ ਐਨਆਰਆਈਜ਼ ਨੇ ਸਾਡੇ ਪ੍ਰਵਾਸੀ ਪੰਜਾਬੀ ਨੇ ਜਿਹੜੇ ਚਾਹੁੰਦੇ ਆ ਕਿ ਭਾਈ ਪਿੰਡੋਂ ਪ੍ਰਦੇਸ਼ ਗਏ ਸੀ ਪਿੰਡ ਚੇਤਿਆਂ 'ਚੋਂ ਮਨਫੀ ਨਹੀਂ ਹੁੰਦਾ ਭੁੱਲਦਾ ਨਹੀਂ ਪਿੰਡ ਲਈ ਕੁਝ ਕਰਨਾ ਚਾਹੁੰਦੇ ਆ ਪਰ ਕੰਨੀ ਨਹੀਂ ਫੜ ਹੁੰਦੀ ਕਿ ਕਰੀਏ ਕੀ ਸ਼ੁਰੂਆਤ ਕਿੱਦਾਂ ਕਰੀਏ ਢੋ ਮੇਲਾ ਕਿੱਦਾਂ ਬਣੇ ਰਾਹ ਰਸਤਾ ਕੀ ਹੋਵੇ ਕਿਹੜਾ ਪਲੇਟਫਾਰਮ ਸਿਰਜੀਏ ਉਹਦੇ 'ਤੇ ਰੁਪਈਆ ਤਾਂ ਲੱਖ ਨੱਕ ਲੱਗਣਾ ਹੈ ਢੰਗ ਤਰੀਕਾ ਕੀ ਹੋਵੇ। ਹੁਣ ਜਦੋਂ ਇਹ ਸਾਰੇ ਸਵਾਲ ਨੇ ਇੱਕ ਪਾਸੇ ਲੋੜਵੰਦ ਨੇ ਦੂਜੇ ਪਾਸੇ ਕੁਝ ਇੱਕ ਸੱਜਣ ਮਦਦ ਕਰਨਾ ਚਾਹੁੰਦੇ ਆ ਅਤੇ ਉਹਨਾਂ ਦੇ ਵਿਚਲੀ ਕੜੀ ਅੱਜ ਅਸੀਂ ਜੋੜਨ ਦੀ ਕੋਸ਼ਿਸ਼ ਕਰਾਂਗੇ। ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਤੇ ਅੱਜ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹਾਂ ਪਿੱਛੇ ਤੁਹਾਨੂੰ ਦਰਖਤ ਫੁੱਲ ਬੂਟੇ ਨਜ਼ਰ ਆਉਂਦੇ ਹੋਣਗੇ ਅਤੇ ਇਹਨਾਂ ਫੁੱਲ ਬੂਟਿਆਂ ਦੀ ਮਹਿਕ ਵਰਗਾ ਅੱਜ ਪ੍ਰੋਗਰਾਮ ਹੋਏਗਾ। ਸਾਡੇ ਨਾਲ ਨੇ ਸਰਦਾਰ ਭੁਪਿੰਦਰ ਸਿੰਘ ਜੀ ਹੁੰਦਲ ਅਤੇ ਅਮਰੀਕਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਤਕਰੀਬਨ ਜੇ ਆਪਾਂ ਮੰਨੀਏ ਤਾਂ ਅੱਧੀ ਸਦੀ ਹੋ ਗਈ ਆ ਤਕਰੀਬਨ ਆਪਾਂ ਮੰਨ ਕੇ ਚੱਲੀਏ ਇਹਨਾਂ ਨੂੰ ਅਮਰੀਕਾ ਦੇ ਵਿੱਚ ਪਰ ਆਪਣੇ ਪਿੰਡ ਦੇ ਵਿੱਚ ਬਹੁਤ ਸੋਹਣਾ ਕੰਮ ਕਰ ਰਹੇ ਨੇ ਆਪਣੇ ਪਰਿਵਾਰ ਦੇ ਨਾਲ ਰਲ ਕੇ। ਪਿੰਡ ਦਾ ਨਾਮ ਹੈ ਕੋਟਲੀ ਰਾਈਆਂ ਜ਼ਿਲ੍ਹਾ ਜਲੰਧਰ ਹੈ ਸ਼ਾਮ 84 ਦੇ ਬਿਲਕੁਲ ਕੋਲ ਪੈਂਦਾ ਬਲਾਕ ਆਦਮਪੁਰ ਹੈ ਅਤੇ ਮੈਂ ਮਹਿਸੂਸ ਕਰ ਰਿਹਾ ਸੀ ਕਿ ਜੇ ਇਸ ਪ੍ਰੋਜੈਕਟ ਨੂੰ ਜਿਹੜਾ ਵੀ ਕੋਈ ਐਨਆਰਆਈ ਜਿਹੜਾ ਵੀ ਕੋਈ ਪ੍ਰਵਾਸੀ ਪੰਜਾਬੀ ਚਾਹੁੰਦਾ ਕਿ ਮੈਂ ਆਪਣੇ ਮੁਹੱਲੇ ਲਈ ਆਪਣੇ ਪਿੰਡ ਦੇ ਲਈ ਆਪਣੇ ਸ਼ਹਿਰ ਦੇ ਲਈ ਆਪਣੇ ਪੰਜਾਬ ਦੇ ਲਈ ਕੁਝ ਕਰਾਂ ਪਰ ਕੀ ਕਰਾਂ ਸਮਝ ਨਹੀਂ ਆਉਂਦੀ ਕਿ ਲੋੜ ਕਿਹੜੀ ਚੀਜ਼ ਦੀ ਹੈ ਅਤੇ ਤੁਸੀਂ ਇਸ ਪ੍ਰੋਗਰਾਮ ਨੂੰ ਵੇਖਿਓ ਸਮਝਿਓ ਜੇ ਚੰਗਾ ਲੱਗਾ ਤਾਂ ਭਾਵੇਂ ਛੋਟੇ ਪੱਧਰ ਦੇ ਉੱਤੇ ਸਹੀ ਉਸ ਪ੍ਰੋਜੈਕਟ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਿਓ ਤੁਹਾਡੇ ਮਨ ਤੋਂ ਬੋਝ ਦੂਰ ਹੋ ਜਾਊਗਾ ਕਿ ਅਸੀਂ ਆਪਣੇ ਵਤਨ ਦੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਲੋਕਾਂ ਲਈ ਕੁਝ ਕੀਤਾ ਨਹੀਂ ਅਤੇ ਦੂਸਰੇ ਪਾਸੇ ਤੁਹਾਡੇ ਇੱਕ ਚੁਟਕੀ ਵਜਾਉਂਦੇ ਆ ਤੁਹਾਡੇ ਯੋਗਦਾਨ ਦੇ ਨਾਲ ਕਿੰਨੇ ਕੁ ਲੋਕਾਂ ਦਾ ਭਲਾ ਹੋ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਠੀਕ ਠਾਕ ਹੋ? ਹਾਂਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਨਾਲੇ ਟਾਪ ਐਂਕਰ ਪਰਮਜੀਤ ਪਰਮਵੀਰ ਆਪਣੇ ਬਾਠ ਅਤੇ ਪ੍ਰਾਈਮ ਏਸ਼ੀਆ ਟਾਪ ਟੀਵੀ ਦਾ ਧੰਨਵਾਦ ਇਹ ਮੌਕਾ ਦਿੱਤਾ। ਸ਼ੁਕਰੀਆ ਜੀ। ਹੁੰਦਲ ਸਾਹਿਬ ਮੈਂ ਪਿੰਡ ਤੁਹਾਡਾ ਦੱਸ ਦਿੱਤਾ ਜੀ
ਇਹ ਵੀ ਦੱਸ ਦਿੱਤਾ ਕਿ ਤੁਸੀਂ ਅਮਰੀਕਾ ਬੜੇ ਲੰਬੇ ਸਮੇਂ ਤੋਂ ਗਏ ਹੋ, ਟੱਬਰ ਤੁਹਾਡਾ ਉੱਥੇ ਹੈ। ਹਾਂਜੀ, ਮੈਂ ਸਿਰਫ ਇਹ ਜਾਣਨਾ ਚਾਹੁੰਦਾ ਕਿ ਇੱਕ NRI ਹਾਂਜੀ ਜੇ ਆਪਣੇ ਪਿੰਡ ਦੇ ਲਈ ਕੁਝ ਕਰਨਾ ਚਾਹੁੰਦਾ ਤੇ ਉਹਨੂੰ ਪਹਿਲੀ ਗੱਲ ਕਿ ਇਹ ਨਹੀਂ ਸਮਝ ਆਉਂਦੀ ਹੁੰਦੀ ਕਰਾਂ ਕੀ। ਬਿਲਕੁਲ, ਉਹ 12 ਮਹੀਨੇ ਇੱਥੇ ਰਹਿ ਨਹੀਂ ਸਕਦਾ। ਹਾਂਜੀ, ਜਿਹੜਾ ਪ੍ਰੋਜੈਕਟ ਤੁਸੀਂ ਆਪਣੇ ਇਸ ਪਿੰਡ ਦੇ ਵਿੱਚ ਸ਼ੁਰੂ ਕਰ ਲਿਆ, ਹਾਂਜੀ ਉਹ ਪ੍ਰੋਜੈਕਟ ਸਫਲ ਹੋ ਗਿਆ। ਬਿਲਕੁਲ, 8 ਸਾਲ ਹੋ ਗਏ। ਹਾਂਜੀ, ਪ੍ਰੋਜੈਕਟ ਕੀ ਆ, ਕਿਵੇਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚ ਗਿਆ, ਆਪਾਂ ਸਟੈਪ ਬਾਈ ਸਟੈਪ ਗੱਲ ਕਰਨੀ। ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਕਿਵੇਂ ਆਇਆ ਤੇ ਤੁਸੀਂ ਸਟਾਰਟਿੰਗ ਕਿੱਦਾਂ ਕੀਤੀ, ਦਿਨਾਂ ਕੀ ਰੱਖਿਆ? ਦੇਖੋ ਜੀ, ਮਨ 'ਚ ਆਇਆ ਵੀ ਉਸੇ ਪਿੰਡ 'ਚ, ਛੋਟੇ ਜਿਹੇ ਪਿੰਡ 'ਚ, ਉਸੇ ਘਰ ਦੇ ਵਿੱਚ ਜੰਮੇ ਪਲੇ, ਖੇਲਦੇ ਰਹੇ, ਪੜ੍ਹਦੇ ਰਹੇ ਜੀ, ਤੇ ਪਿੰਡ ਨਹੀਂ ਭੁੱਲਦਾ। ਠੀਕ ਹੈ, ਇਹ ਆ ਵੀ ਕਿਸੇ ਨੂੰ ਕਦੇ ਕਦੇ ਚੇਤਾ ਆਊਗਾ ਪਰ ਉਹ ਭੁੱਲਣਾ ਕਦੇ ਨਹੀਂ। ਸਾਨੂੰ ਵੀ ਆਉਂਦਾ ਰਿਹਾ ਵੀ ਭਾਈ ਬਾਹਰ ਜਾ ਕੇ ਵਾਹਿਗੁਰੂ ਦੀ ਕਿਰਪਾ ਨਾਲ ਰੋਟੀ ਚੰਗੀ ਖਾਣ ਲੱਗ ਪਏ, ਵੀ ਪਿੰਡ ਨੂੰ ਕੀ ਦੇ ਸਕਦੇ ਹਾਂ। ਫਿਰ ਉਹਦੇ 'ਚ ਆਇਆ, ਬਹੁਤ ਦੇਖਿਆ ਵੀ ਬਹੁਤ NRI ਕਰਨਾ ਚਾਹੁੰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਵੇਂ ਕਰਨਾ। ਕਬੱਡੀ ਦੇ ਮੈਚ ਕਰਾ ਲਏ, ਬੜੇ ਬੜੇ ਗੁਰਦੁਆਰੇ ਬਣਾ ਦਿੱਤੇ, ਬੜੇ ਬੜੀਆਂ ਸਟਰੀਟਾਂ ਬਣਾ ਦਿੱਤੀਆਂ, ਲਾਈਟਾਂ। ਸਾਡਾ ਇਹ ਸੀ ਵੀ ਨਹੀਂ, ਜਿੰਨਾ ਚਿਰ ਇਨਸਾਨ ਦੀ ਸੇਵਾ ਕਰਕੇ, ਇਨਸਾਨੀਅਤ ਨੂੰ, ਹਿਊਮਨ ਡਿਵੈਲਪਮੈਂਟ ਨਹੀਂ ਕਰਾਉਂਦੇ, ਉਹਨਾਂ ਚਿਰ ਸੁਸਾਇਟੀ ਅੱਗੇ ਨਹੀਂ ਵੱਧ ਸਕਦੀ। ਠੀਕ ਹੈ, ਸੋ ਉੱਥੋਂ ਜਿਹੜਾ ਹੈ ਇਹ ਪ੍ਰੋਜੈਕਟ ਜਿਹੜਾ ਅਸੀਂ ਸ਼ੁਰੂ ਕੀਤਾ ਵੀ ਪਹਿਲਾਂ ਤਾਂ ਅਸੀਂ ਗਰੀਬ ਫੈਮਿਲੀਆਂ, 8 ਸਾਲ ਪਹਿਲੇ 6 ਪਿੰਡਾਂ ਦੀਆਂ, 6-7 ਪਿੰਡਾਂ ਦੀਆਂ ਚੂਜ਼ ਕੀਤੀਆਂ, 100 ਤੋਂ ਉੱਤੇ ਉਹਨਾਂ ਨੂੰ ਮੰਥਲੀ ਫਾਈਨੈਂਸ਼ੀਅਲ ਹੈਲਪ ਦੇ, ਪੂਰੇਸਟ ਆਫ ਦੇ ਪੂਅਰ ਇੱਕੋ ਫੈਮਿਲੀਆਂ। ਮੈਂ ਰੋਕਣਾ ਤੁਹਾਨੂੰ ਬਾਰ ਬਾਰ। ਹਾਂਜੀ ਹਾਂਜੀ। ਅੱਛਾ, ਸਟਾਰਟ ਤੁਸੀਂ ਕੀਤਾ ਕਿ ਭਾਈ ਆਪਣੇ ਪਿੰਡ ਦੇ ਆਲੇ ਦੁਆਲੇ ਦੇ 5-6 ਪਿੰਡ ਲੈ ਲੈ ਜੀ, ਉਹਦੇ ਵਿੱਚੋਂ ਪਤਾ ਕਰ ਲਿਆ ਕਿ ਆਰਥਿਕ ਤੌਰ ਦੇ ਉੱਤੇ ਬਹੁਤ ਕਮਜ਼ੋਰ ਲੋਕ ਕਿਹੜੇ ਨੇ, ਘੱਟੋ ਘੱਟ ਰੋਟੀ ਖਾਂਦੇ ਹੋ ਜਾਣ। ਹਾਂਜੀ, ਤੇ ਉਹਨਾਂ ਨੂੰ ਫਿਰ ਮਹੀਨਾ ਵਾਰ ਮਦਦ ਦੇਣੀ ਸ਼ੁਰੂ ਕੀਤੀ। ਬਿਲਕੁਲ, ਕਿਵੇਂ ਪੈਸੇ ਦਿੰਦੇ ਸੀ, ਕੈਸ਼ ਦਿੰਦੇ ਸੀ ਜਾਂ ਕੀ ਕਰਦੇ ਸੀ? ਨਾ ਜੀ, ਅਸੂਲ ਬਣਾ, ਪਹਿਲੇ 6 ਮਹੀਨੇ ਗਲਤੀ ਕੀਤੀ ਕੈਸ਼ ਦੇ ਕੇ। ਅੱਛਾ, ਉਹ ਕੋਈ ਵਿਚੋਲੇ ਦੇ ਉਂਗਲ ਕਰ ਦੇਣੀ ਵੀ ਇਹਨੇ ਗਾਂ ਸਾਨੂੰ ਫੜਾਏ ਨਹੀਂ। ਅਸੀਂ ਹੁਣ ਉਹ 6 ਮਹੀਨੇ ਤੋਂ ਬਾਅਦ ਬੈਂਕ ਟੂ ਬੈਂਕ ਹੀ ਜਾਂਦੇ ਆ। ਅੱਛਾ, ਉਹਨਾਂ ਦੇ ਬੈਂਕ ਖਾਤੇ 'ਚ ਪੈਸੇ ਜਾਂਦੇ? ਸਾਡੇ ਬੈਂਕ ਅਕਾਊਂਟ 'ਚ ਉਹਨਾਂ ਦੇ ਬੈਂਕ ਅਕਾਊਂਟ ਜਾਣੇ ਆ। ਠੀਕ ਹੈ ਜੀ, ਵਿਚੋਲਾ ਕੋਈ ਨਹੀਂ, ਵਿਚੋਲਾ ਕੋਈ? ਹਾਂ। ਅੱਛਾ, ਉਹਨਾਂ ਦੇ ਨਾਲ ਉਹਨਾਂ ਦੀ ਮਦਦ ਹੋ ਗਈ, ਥੋੜਾ ਜਿਹਾ ਉਹਨਾਂ ਦਾ ਤੋਰੀ ਫੁਲਕਾ ਤੁਰ ਪਿਆ? ਹਾਂਜੀ। ਠੀਕ, ਅਜੇ ਤੱਕ ਕੰਮ ਚੱਲਦਾ? ਉਹ ਅਜੇ ਤੱਕ ਚੱਲਦਾ। ਪਰਿਵਾਰ ਘੱਟਦੇ ਵੱਧਦੇ ਰਹਿੰਦੇ ਆ? ਉਹ ਘੱਟਦੇ, 6 ਮਹੀਨੇ ਬਾਅਦ ਸਕ੍ਰਿਪਟਨਾਈਜ਼ ਕਰ ਲਈਦੇ ਆ। ਅੱਛਾ, ਨਵੇਂ ਆ ਜਾਂਦੇ, ਕਈ ਪੁਰਾਣੇ ਹਟਾ ਜਾਂਦੇ, ਜਿਵੇਂ ਕਿਸੇ ਦਾ ਬੱਚਾ ਪੜ੍ਹਾਈ ਕਰ ਲਈ ਜਿਹਦੀ ਅਸੀਂ ਹੈਲਪ ਕੀਤੀ ਆ, ਕਿਉਂਕਿ ਬੱਚਿਆਂ ਦੀ ਐਜੂਕੇਸ਼ਨ ਵੀ ਕਰਦੇ ਆ ਨਾ ਉਹਨਾਂ ਫੈਮਿਲੀਆਂ ਦੀ, ਤੇ ਉਹ ਚੇਂਜ ਹੁੰਦੇ ਰਹਿੰਦੇ। ਅੱਛਾ, ਜੇ ਕਿਸੇ ਦਾ ਬੱਚਾ ਨੌਕਰੀ ਲੱਗ ਗਿਆ, ਕਿਸੇ ਦਾ ਬੱਚਾ ਬਾਹਰ ਚਲ ਗਿਆ ਤੇ ਉਹਨੂੰ ਉਸ ਲਿਸਟ 'ਚੋਂ ਕੱਢ ਦੇਣਾ, ਹੋਰ ਕਿਸੇ ਨੇ ਰეკਮੈਂਡ ਕਰ ਦਿੱਤਾ ਕਿ ਆ ਦੇਖ ਲਓ ਭਾਈ ਕਮਜ਼ੋਰ ਆ ਤਾਂ ਉਹਨੂੰ ਵਿੱਚ ਪਾ ਲੈਣਾ? ਬਿਲਕੁਲ, ਅਸੀਂ ਕ੍ਰਾਈਟੇਰੀਆ ਬਣਾਇਆ ਜੀ ਸਕਰੀਨਿੰਗ ਦਾ। ਅੱਛਾ ਜੀ, ਅਸੀਂ ਇਹ ਬਣਾਇਆ ਵੀ ਜਿਹੜੀਆਂ ਫੈਮਿਲੀਆਂ ਲੈਂਡਲੈਸ, ਹਾਂਜੀ, ਜਾਂ 2-1 ਤੋਂ ਘੱਟ ਨੇ, ਹਾਂਜੀ, ਔਰ ਤੀਜਾ ਇੰਪੋਰਟੈਂਟ ਕ੍ਰਾਈਟੇਰੀਆ ਵੀ ਉਹਨਾਂ ਦੀ ਆਮਦਨ ਕਿਤੇ ਬਾਹਰੋਂ ਨਹੀਂ ਆਉਂਦੀ, ਪਿੰਡ 'ਚੋਂ ਹੱਥ ਦੀ ਕਮਾਈ ਨਾਲ ਹੀ ਆਉਂਦੀ ਆ। ਠੀਕ ਹੈ ਜੀ, ਲੇਬਰ ਕਰ ਲਓ ਜਾਂ ਖੇਤਾਂ 'ਚ ਕੰਮ ਕਰ ਲਓ, ਕੋਈ ਤਨਖਾਹ ਨਹੀਂ, ਕੋਈ ਪੈਨਸ਼ਨ ਨਹੀਂ, ਕੋਈ ਮੁੰਡਾ ਦੁਬਈ ਨਹੀਂ ਗਿਆ ਆ, ਕੋਈ ਵਪਾਰ ਦੀ ਦੁਕਾਨ ਨਹੀਂ। ਉਹ ਫੈਮਿਲੀਆਂ ਅਸੀਂ ਆਈਡੈਂਟੀਫਾਈ ਕਰੀ ਦੀਆਂ, ਉਹਨਾਂ 'ਚੋਂ ਹੈਂਡੀਕੈਪ ਕਿਹੜੇ ਨੇ, ਉਹਨਾਂ 'ਚੋਂ ਪੜ੍ਹਨ ਵਾਲੇ ਸਟੂਡੈਂਟ ਕਿਹੜੇ ਨੇ, ਉਹਨਾਂ 'ਚੋਂ ਵਿਡੋ ਕਿਹੜੀਆਂ ਨੇ, ਉਹਨਾਂ 'ਚੋਂ ਦੇਖੋ ਪਰਮਵੀਰ ਜੀ ਬਜ਼ੁਰਗ ਨੇ ਜਿਹਨਾਂ ਦੀ ਔਲਾਦ ਵੀ ਹੈ, ਔਲਾਦ ਵੀ ਹੈ, ਐਸੈਟ ਹੈ ਨਹੀਂ, ਕੋਈ ਜਾਇਦਾਦ ਹੈ ਨਹੀਂ, ਔਲਾਦ ਹੈ ਨਹੀਂ, ਉਮਰ ਵੱਡੀ ਹੋ ਗਈ, ਇਮੈਜਿਨ ਕਰੋ ਕਿਹੜੀ ਲਾਈਫ 'ਚ ਬਤੀਤ ਹੈ, ਉਹਨਾਂ ਦੀ ਅਸੀਂ ਹੈਲਪ ਕਰੀ। ਠੀਕ ਹੈ ਜੀ, ਇਹ ਇੱਕ ਪ੍ਰੋਜੈਕਟ ਹੋ ਗਿਆ। ਹਾਂਜੀ, ਆਪਾਂ ਐਜੂਕੇਸ਼ਨ ਵਾਲੇ ਪ੍ਰੋਜੈਕਟ ਦੇ ਉੱਤੇ ਆਉਣਾ, ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਭਾਈ ਇਹ ਤੁਸੀਂ ਆਪ ਕਰਦੇ ਹੋ, ਪਰਿਵਾਰ ਨਾਲ ਕਰਦਾ ਜਾਂ ਕਿਵੇਂ ਹੁੰਦਾ ਹੈ, ਪੈਸੇ ਲੱਗਦੇ ਆ ਜਾਂ ਕਿਹਨਾਂ ਦਾ ਯੋਗਦਾਨ ਹੈ ਜੀ ਇਹ 'ਚ? ਦੇਖੋ ਜੀ, ਪਹਿਲਾਂ ਤਾਂ ਨੈਚੁਰਲੀ ਛੋਟੇ ਲੈਵਲ 'ਤੇ ਸ਼ੁਰੂ ਕੀਤਾ, ਐਕਸਪੈਂਡ ਹੁੰਦਾ ਰਿਹਾ ਜੀ, ਮੈਂ, ਮੇਰੇ ਬ੍ਰਦਰ, ਸਾਡੀ ਹੁਣ ਸਾਰੀ ਫੈਮਿਲੀ, ਸਾਡੇ ਕਜ਼ਨ ਵੀ ਜਿਹੜੇ ਬ੍ਰਦਰ ਹੈਗੇ ਆ ਸਰੀ ਕੈਨੇਡਾ ਰਹਿੰਦੇ, ਉਹ ਵੀ ਹਿੱਸਾ ਪਾਉਂਦੇ ਨੇ। ਠੀਕ ਹੈ, ਮੋਰ ਇੰਪੋਰਟੈਂਟਲੀ ਮੇਰੇ 13 ਲੜਕੇ ਭਾਣਜੇ ਭਾਣਜੀਆਂ ਜਿਹੜੇ ਨੇ, ਜਿਹੜੇ ਪੜ੍ਹ ਕੇ ਨੌਕਰੀ, ਸਾਰੇ ਦੇ ਸਾਰੇ ਹਿੱਸਾ ਮੰਥਲੀ ਪਾਉਂਦੇ ਨੇ, ਔਰ ਉੱਥੇ ਨਾਲ ਅਟੈਚ ਹੋ ਗਏ ਸੈਂਟਰ ਨਾਲ, ਕਹਿੰਦੇ ਅਸੀਂ ਜਾ ਕੇ ਦੇਖਣਾ ਵੀ ਜਿੱਥੇ ਸਾਡਾ ਹਿੱਸਾ ਜਾਂਦਾ। ਨਾਂ ਕੀ ਰੱਖਿਆ ਪ੍ਰੋਜੈਕਟ ਦਾ? ਪ੍ਰੋਜੈਕਟ ਦਾ ਨਾਂ ਰੱਖਿਆ ਜੀ ਮੇਰਾ ਪਿੰਡ 360। ਇਹਦਾ ਮਤਲਬ ਹੈਗਾ 360 ਵੀ ਆਲ ਅਰਾਊਂਡ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨੀ ਆ, ਹਿਊਮਨ ਡਿਵੈਲਪਮੈਂਟ ਆਲ ਅਰਾਊਂਡ ਹਰ ਇੱਕ ਏਰੀਆ ਦੇ ਵਿੱਚ। ਠੀਕ ਹੈ ਜੀ, ਮੈਂ ਪ੍ਰਾਈਮੇਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਵਾਰ ਫਿਰ ਦੱਸਦੇ ਹਾਂ ਕਿ ਸਾਡੇ ਨਾਲ ਭੁਪਿੰਦਰ ਸਿੰਘ ਹੁੰਦਲ ਸਾਹਿਬ ਨੇ, ਬੌਬ ਹੁੰਦਲ ਸਾਹਿਬ, ਉਹਨਾਂ ਦਾ ਅਮਰੀਕਾ ਵਾਲਾ ਛੋਟਾ ਨਾਂ, ਜਦੋਂ 1971-72 ਦੇ ਵਿੱਚ ਕਿਤੇ ਉਹ ਗਏ ਸੀ ਮੇਰੇ ਜਨਮ ਤੋਂ 10-11 ਸਾਲ ਪਹਿਲਾਂ, ਅਤੇ ਹੁਣ ਪਿਛਲੇ 8 ਸਾਲਾਂ ਤੋਂ ਆਪਣੇ ਪਿੰਡ ਕੋਟਲੀ ਰਾਈਆਂ। ਮੈਂ ਫਿਰ ਦੱਸਦੇ ਹਾਂ, ਸ਼ਾਮ 84 ਦੇ ਨੇੜੇ ਆ, ਜ਼ਿਲ੍ਹਾ ਇਹਨਾਂ ਨੂੰ ਜਲੰਧਰ ਪੈਂਦਾ, ਬਲਾਕ ਆਦਮਪੁਰ ਪੈਂਦਾ। ਜੇ ਕਿਤੇ ਜਾ ਕੇ ਦੇਖ ਸਕੋ ਤਾਂ ਪ੍ਰੋਜੈਕਟ ਦੇਖ ਜ਼ਰੂਰ ਆਇਓ, ਜੇ ਨਹੀਂ ਪਤਾ ਲੱਗਦਾ ਕਿੱਥੇ ਆ, ਸਾਡੇ ਤੋਂ, ਪ੍ਰਾਈਮੇਸ਼ਾ ਟੀਵੀ ਤੋਂ, ਮੇਰੇ ਤੋਂ, ਜਦੋਂ ਮਰਜ਼ੀ ਪੁੱਛ ਲਿਓ। ਤਾਂ ਮੈਂ ਚਾਹੁੰਦਾ ਕਿ ਇਦਾਂ ਦੇ ਪ੍ਰੋਜੈਕਟ ਅੱਗੇ ਵਧਣ। ਪਹਿਲਾ ਪ੍ਰੋਜੈਕਟ ਹੋ ਗਿਆ ਕਿ ਆਰਥਿਕ ਤੌਰ ਦੇ ਉੱਤੇ 5-6 ਪਿੰਡਾਂ ਦੇ ਕਮਜ਼ੋਰ ਪਰਿਵਾਰਾਂ ਨੂੰ ਪੈਸੇ ਦਿੰਦੇ। ਰਾਈਟ, ਐਜੂਕੇਸ਼ਨ, ਮੰਨ ਲਓ ਜੇ ਆਲੇ ਦੁਆਲੇ ਦੇ ਪਿੰਡਾਂ 'ਚੋਂ ਜਾਂ ਤੁਹਾਡੇ ਆਪਦੇ ਪਿੰਡ ਦੇ ਵਿੱਚੋਂ ਤੁਹਾਨੂੰ ਲੱਗਦਾ ਕੋਈ ਬੱਚਾ ਪੜ੍ਹਨ ਵਾਲਾ, ਟੱਬਰ ਫੀਸ ਦੇਣ ਯੋਗਾ ਨਹੀਂ, ਕਈ ਵਾਰੀ ਟੱਬਰ ਫੀਸ ਦੇਣ ਯੋਗਾ ਹੁੰਦਾ, ਬੱਸ ਦਾ ਕਿਰਾਇਆ ਦੇਣ ਯੋਗਾ ਨਹੀਂ ਹੁੰਦਾ,
ਉਹਨਾਂ ਨੂੰ ਕਿਵੇਂ ਹੈਲਪ ਕਰਦੇ ਹੋ ਜੇ ਕੋਈ ਬੱਚਾ ਆਰਥਿਕ ਤੌਰ ਤੇ ਕਮਜ਼ੋਰ ਹੈ ਪਰ ਪੜਨ ਵਾਲਾ? ਦੇਖੋ ਜਿਹੜੀਆਂ ਫੈਮਲੀਆਂ ਕ੍ਰਾਈਟੇਰੀਆ ਅਸੀਂ ਚੂਜ਼ ਕਰਦੇ ਆ ਨਾ ਜੀ, ਉਹਨਾਂ ਚੋਂ ਇੱਕ ਇਹ ਵੀ ਰਹਿੰਦਾ ਵੀ ਸਾਡੇ ਸਮਾਰਟ ਬੱਚੇ ਪਲੱਸ 2 ਤੋਂ ਬਾਅਦਾਂ ਕਿਹੜੇ ਸਮਾਰਟ ਨੇ ਜੀ, ਜਿਹਨਾਂ ਨੂੰ ਤੁਸੀਂ ਪੜਾ ਨਹੀਂ ਸਕਦੇ। ਠੀਕ ਹੈ, ਅਸੀਂ ਉਹਨਾਂ ਨੂੰ ਜੇ ਬੱਸ ਦਾ ਕਿਰਾਇਆ ਦੇਣਾ ਪੈਂਦਾ ਉਹ ਦੇਈਦਾ, ਜੇ ਕਿਤੇ ਉਹਨਾਂ ਨੂੰ ਕਿਤਾਬਾਂ ਲੈ ਕੇ ਦੇਣੀਆਂ ਪੈਂਦੀਆਂ ਉਹ ਦੇਈਦੀਆਂ ਜੀ, ਜੇ ਕਿਸੇ ਦੀ ਥੋੜੀ ਬਹੁਤੀ ਫੀਸ ਹੈ ਉਹ ਵੀ ਦੇਈਦੀ, ਉਹ ਵੀ ਦੇਈਦੀ। ਉਹ ਪਰਪਸ ਸਾਡਾ ਹੈ ਵੀ ਉਹ ਫੈਮਲੀਆਂ ਨੂੰ ਉੱਤੇ ਚੱਕ ਸਕਣ ਇੱਕ ਵਾਰੀ ਆਪਣੀ ਪੜ੍ਹਾਈ ਕਰਕੇ ਐਜੂਕੇਸ਼ਨ। ਬਿਲਕੁਲ ਠੀਕ, ਨਾ ਆਪਾਂ ਕਿਸੇ ਦਾ ਨਹੀਂ ਦੱਸਣਾ ਕੀ ਕੋਈ ਬੱਚਾ ਤੁਹਾਡੀ ਮਦਦ ਦੇ ਨਾਲ ਪੜ੍ਹਿਆ ਵੀ ਆ, ਨਾ ਦੱਸਣ ਦੀ ਲੋੜ ਨਹੀਂ। ਦੇਖੋ ਜੀ, ਪਹਿਲਾਂ ਹੀ ਜਦੋਂ 8 ਸਾਲ ਸ਼ੁਰੂ ਕੀਤਾ ਨਾ, ਸਾਡੇ ਪਿੰਡ ਦੀ ਇੱਕ ਆਪਣੇ ਐਸਸੀ ਕਲਾਸ ਦੀ ਕੁੜੀ ਮੇਰੇ ਪਾ ਆਏ, ਕਹਿੰਦੀ ਅੰਕਲ ਆਪਾਂ ਕਦੇ ਮਿਲੇ ਤਾਂ ਹੈ ਨਹੀਂ ਜੀ, ਵੀ ਸਾਡੇ ਬਜ਼ੁਰਗ ਸਾਡੇ ਬਜ਼ੁਰਗਾਂ ਨੂੰ ਜਾਣਦੇ, ਇਹ ਜਾਣਦੇ ਬਾਹਰ ਚਲੇ ਗਏ ਵੀ ਮੈਂ ਸਮਾਰਟ ਬਹੁਤ ਹੈ, ਮੇਰੇ ਘਰ ਦੇ ਕਹਿੰਦੇ ਜਾਂ ਖੇਤਾਂ 'ਚ ਕੰਮ ਕਰਾ ਸਾਡੇ ਨਾ ਜੀ, ਤਾਂ ਜਾਂ ਤੇਰਾ ਵਿਆਹ ਕਰਾ ਦੇਣਾ, ਅਸੀਂ ਤੈਨੂੰ ਪੜ੍ਹਾ ਨਹੀਂ ਸਕਦੇ। ਠੀਕ ਹੈ, ਮੈਂ ਉਹਨਾਂ ਦੇ ਮਾਂ ਬਾਪ ਨਾਲ ਗੱਲ ਕੀਤੀ ਵੀ ਇਹ ਬੋਝ ਨਹੀਂ ਬਣੂਗੀ ਸਾਡੇ ਤੋਂ, ਪਰ ਇਹ ਤੋਂ ਇਨਕਮ ਨਾ ਲੱਭੋ, ਇਹਦਾ ਸਾਰਾ ਖਰਚਾ ਅਸੀਂ ਚੱਕਾਂਗੇ। ਠੀਕ ਹੈ, ਕੁੜੀ ਉਸਨੇ ਐਮਏ ਕੀਤੀ ਪੰਜਾਬੀ ਦੀ, ਵਨ ਆਫ ਦਾ ਟਾਪ ਆਏ ਪੰਜਾਬੀ ਯੂਨੀਵਰਸਿਟੀ ਤੋਂ, ਹੁਣ ਉਹ ਪ੍ਰੋਫੈਸਰ ਲੱਗੀ ਹੋਈ ਆ ਖਾਲਸਾ ਕਾਲਜ ਦੇ ਵਿੱਚ ਪੰਜਾਬੀ ਪੜ੍ਹਾਉਣ। ਗੱਲ ਹੁੰਦੀ ਕਦੇ ਕਦੇ ਉਹਦੇ ਨਾਲ? ਰੋਜ਼ ਹੁੰਦੀ ਹੈ, ਰੋਜ਼ ਤਾਂ ਨਹੀਂ, ਹਫ਼ਤੇ 'ਚ ਹੁੰਦੀ ਰਹਿੰਦੀ ਹੈ। ਸੰਤੁਸ਼ਟੀ ਆ ਪੂਰੀ? ਬਿਲਕੁਲ, ਬੱਚੀ ਵੀ, ਗੁੱਡੀ ਵੀ ਖੁਸ਼ ਆ? ਬਹੁਤ ਖੁਸ਼ ਆ, ਉਹਨਾਂ ਦੀ ਮੈਰਿਜ ਹੋ ਗਈ ਪਿਛਲੇ ਸਾਲ। ਠੀਕ ਹੈ, ਚੰਗੇ ਪੜ੍ਹੇ ਲਿਖੇ ਮੁੰਡੇ ਨਾਲ। ਚਲੋ, ਤੇ ਹੋਰ ਵੀ ਬੱਚੇ ਇਸ ਲਈ ਪੜ੍ਹ ਰਹੇ ਆ? ਪੜ੍ਹ ਰਹੇ ਜੀ, ਹਮੇਸ਼ਾ ਹੀ ਹੁੰਦੇ ਆ, 8-10-15 ਬੇਰੀ ਕਰਦੇ ਰਹਿੰਦੇ ਨੇ। ਠੀਕ ਹੈ ਜੀ, ਹਾਂ। ਅਗਲੀ ਅਗਲਾ ਜਿਹੜਾ ਜਦੋਂ, ਕਿਉਂਕਿ ਮੈਂ ਜਦੋਂ ਹੁਣ ਪੰਜਾਬ 'ਚ ਵਿਚਰਦਾ, ਮੈਨੂੰ ਬਹੁਤਾ ਸਮਾਂ ਤਾਂ ਹੋਇਆ ਨਹੀਂ ਕੈਨੇਡਾ ਗਿਆ, ਤਾਂ ਮੈਂ ਹੁਣ ਵੀ ਬਹੁਤਾ ਇੱਥੇ ਰਹਿੰਦਾ। ਹਾਂ, ਇੱਕ ਚੀਜ਼ ਜਿਹੜੀ ਨਾ ਬਹੁਤ ਦੁਖੀ ਕਰਦੀ ਆ ਜੀ, ਸਾਡੇ ਬੱਚੇ ਕੰਮ ਕਰਨਾ ਚਾਹੁੰਦੇ ਪੰਜਾਬ ਦੇ, ਹਾਂਜੀ, ਇਹਨਾਂ ਦੇ ਵਿੱਚ ਕਾਬਲੀਅਤ ਹੈ, ਇਹਨਾਂ ਦੇ ਵਿੱਚ ਤਾਕਤ ਹੈ, ਹੁਨਰ ਦੀ ਘਾਟ ਹੈ, ਹੁਨਰ ਸਿਖਾਉਣਾ ਬਹੁਤ ਜ਼ਰੂਰੀ ਹੈ ਜੀ। ਕੀ ਤੁਸੀਂ ਆਪਣਾ ਮੇਰਾ ਪਿੰਡ 360 ਜਿਸ ਪ੍ਰੋਜੈਕਟ ਦਾ ਨਾਂ ਰੱਖਿਆ ਜੀ, ਕੀ ਉਹਦੇ ਵਿੱਚ ਕੋਈ ਐਸਾ ਕੰਮ ਵੀ ਆ ਕਿ ਪਿੰਡ ਦੀਆਂ ਭਾਵੇਂ ਔਰਤਾਂ ਹੋਣ, ਬੱਚੀਆਂ ਹੋਣ ਜਾਂ ਮੁੰਡੇ ਹੋਣ, ਕਿ ਉਹ ਕੋਈ ਹੱਥੀਂ ਕੰਮ ਸਿੱਖ ਕੇ ਕਿਤੇ ਕੰਮ ਧੰਦੇ ਕਿਤੇ ਕਿਸੇ ਲੱਗ ਸਕਣ, ਕੋਈ ਇਦਾਂ ਦਾ ਵੀ ਸੋਚਿਆ ਵਿਚਾਰਿਆ? ਬਿਲਕੁਲ ਜੀ, ਇਹ ਬਹੁਤ ਵੱਡਾ ਪੋਰਸ਼ਨ ਹੈ ਜਿਹਦੇ ਸੁਸਾਇਟੀ ਨੇ ਅਪਲਿਫਟ ਹੋਣਾ ਐਜ਼ ਏ ਹੋਲ ਜੀ। ਉਹਦੇ ਵਿੱਚ ਅਸੀਂ ਜਿਹੜਾ ਆਪਣਾ ਘਰ ਸੀ ਜਿੱਥੇ ਕੋਈ ਨਹੀਂ ਸੀ ਰਹਿ ਰਿਹਾ, ਜਿਹਨੂੰ ਵਿਚਕਾ ਉਗ ਪੈਣਾ, ਕਾਹੀ ਉਗ ਪੈਣੀ, ਕਦੇ ਘਰ ਖਾਲੀ ਸੀ, ਖਾਲੀ ਸੀ, ਠੀਕ ਹੈ, ਉਹਨੂੰ ਅਸੀਂ ਤਾਂ ਪਹਿਲਾਂ ਐਂ ਕਿਹਾ ਵੀ ਇਹਨੂੰ ਬੱਸ ਦਾ ਵੀ ਕਰਨਾ ਪਰ ਲੋਕਾਂ ਦੇ ਕੰਮ ਵੀ ਆਵੇ, ਉਹਨੂੰ ਅਸੀਂ ਕਲੀਨ ਕਲੂਨ ਕਰਕੇ ਅਸੀਂ ਆਪਣੇ ਘਰ ਨੂੰ ਤਿਆਰ ਕਰ ਲਿਆ, ਔਰ ਅਸੀਂ ਪ੍ਰਾਜੈਕਟ ਜਿਹੜਾ ਸਾਡਾ ਮੇਰਾ ਪਿੰਡ 360 ਹੈ ਉਹਦੇ ਥੱਲੇ ਵੀ ਕਿਹੜੀਆਂ ਸਰਵਿਸਿਸ, ਰਿਗਾਰਡਲੈਸ ਪੂਅਰ ਹੈ, ਰਿਗਾਰਡਲੈਸ ਅਮੀਰ ਹੈ, ਸਭ ਨੂੰ ਦੇਣੀਆਂ ਫਰੀ ਆਫ ਚਾਰਜ। ਠੀਕ ਹੈ, ਉਹਦੇ ਅਸੀਂ 4 ਪੋਰਸ਼ਨ ਬਣਾਏ ਜੀ। ਓਕੇ, ਇੱਕ ਉਹਦੀ ਲਾਇਬ੍ਰੇਰੀ ਖੋਲ੍ਹੀ, ਲਾਇਬ੍ਰੇਰੀ 6 ਤਰ੍ਹਾਂ ਦੀਆਂ ਕਿਤਾਬਾਂ, ਹਰ ਇੱਕ ਇੰਟਰਸਟ ਦੀਆਂ, ਹਰ ਇੱਕ ਏਜ ਗਰੁੱਪ ਦੀਆਂ ਉਹ ਕਿਤਾਬਾਂ ਇਸ਼ੂ ਹੁੰਦੀਆਂ, ਪਲੱਸ ਉਹ ਲਾਇਬ੍ਰੇਰੀ ਦਾ ਪੋਰਸ਼ਨ ਹੈਗਾ, ਅਸੀਂ 12 ਕੰਪੀਟੀਸ਼ਨ ਕਰਾਈ ਦੇ ਹਿਸਟੋਰਿਕ, ਹਿਸਟੋਰਿਕ ਪਰਸਨੈਲਿਟੀਆਂ, ਬੰਦਾ ਸਿੰਘ ਬਹਾਦਰ, ਡਾਕਟਰ ਅੰਬੇਦਕਰ, ਭਗਤ ਪੂਰਨ ਸਿੰਘ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦੇ, ਜੋ ਵੀ ਹੈ। 2 ਹਫ਼ਤੇ ਪਹਿਲਾਂ ਅਸੀਂ ਲਾਇਬ੍ਰੇਰੀ ਦੇ ਵਿੱਚ ਰੈਲੀਵੈਂਟ ਮਟੀਰੀਅਲ ਇਕੱਠਾ ਕੀਤਾ ਹੈ ਪਾਰਟੀਕੁਲਰ ਹਿਸਟੋਰਿਕ ਪਰਸਨੈਲਿਟੀ ਦੀ ਲਾਈਫ 'ਤੇ ਜੀ, ਉਹਦਾ ਸੈੱਟ ਜਿਹੜਾ ਹੈ ਅਸੀਂ ਰਜਿਸਟਰ ਕਰਕੇ ਇਲਾਕੇ ਦੇ ਨੌਜਵਾਨਾਂ ਨੂੰ 2 ਹਫ਼ਤੇ ਪਹਿਲਾਂ ਇਸ਼ੂ ਕਰੀਦਾ, ਫਿਰ ਇਹ ਕਹੀਦਾ ਡੇ ਆਫ ਦੈਟ ਹੋਲੀਡੇ ਤੁਸੀਂ ਆ ਕੇ ਕੰਪੀਟ ਕਰਨਾ ਇੱਕ ਦੂਜੇ ਨਾਲ। ਠੀਕ ਹੈ, ਲਿਖਤੀ? ਹਾਂਜੀ, ਠੀਕ ਹੈ, ਲਿਖ ਕੇ ਵੀ ਬੋਲ ਕੇ ਵੀ ਕੰਬੀਨੇਸ਼ਨ ਬਣਾਇਆ। 8-12 ਸਾਲ ਦਾ ਇੱਕ ਗਰੁੱਪ ਹੈ, 13-20 ਸਾਲ ਦਾ ਇੱਕ ਗਰੁੱਪ ਹੈ, ਉਹਦੇ ਵਿੱਚ ਜਿਹੜੇ 8-12 ਦੇ ਟਾਪ 10 ਹੈ ਉਹਨਾਂ ਨੂੰ ਸਪੈਸ਼ਲ ਨਾਮ, ਜਿਹੜੇ 13-20 ਉਹਨਾਂ ਨੂੰ ਸਪੈਸ਼ਲ ਨਾਮ, ਪਰ ਸਾਰਿਆਂ ਨੂੰ ਕੁਛ ਨਾ ਕੁਛ ਦਿੱਤਾ ਜਾਂਦਾ, ਚਾਹੇ ਪੈੱਨ ਦੇ ਦੀਏ, ਚਾਹੇ ਪਾਰਟੀਸਪੇਸ਼ਨ ਪ੍ਰਾਈਜ਼ ਹੈਗਾ। ਹਾਂਜੀ, ਪਾਰਟੀਸਪੇਸ਼ਨ ਪ੍ਰਾਈਜ਼ ਪਲੱਸ ਉਹਨਾਂ ਦੀ ਉੱਥੇ ਉਹਨਾਂ ਦਾ, ਉਹ ਪਰਪਸ ਸਾਡਾ ਇਹ ਹੈ ਵੀ ਯੰਗਸਟਰ ਨੂੰ ਨੌਲੇਜ, ਹਿਸਟਰੀ, ਕਲਚਰ ਅਤੇ ਹਿਊਮਨ ਵੈਲਿਊ ਦੇ ਨਾਲ ਜੋੜੋ, ਤਾਂ ਕਿ ਉਹ ਡਰੱਗ ਵਗੈਰਾ ਤੋਂ ਵੀ ਦੂਰ ਰਹਿਣ, ਤਾਂ ਕਿ ਉਹਨਾਂ ਦੀ ਪਰਸਨੈਲਿਟੀ ਖੁਦ ਜਿਹੜੀ ਵੈਲਿਊ ਬਣੇ ਉਹ ਸਾਡਾ ਨੰਬਰ। ਠੀਕ ਹੈ, ਮੈਂ ਇੱਥੇ ਹੁਣ ਬ੍ਰੇਕ ਲਾਉਣਾ, ਚਾਰੇ ਪ੍ਰੋਜੈਕਟ ਆਪਾਂ ਡਿਸਕਸ ਕਰਾਂਗੇ 2-3 ਮਿੰਟ 'ਚ ਜੀ। ਮੈਂ ਪਹਿਲਾਂ ਸਾਰੇ ਐਨਆਰਆਈਜ਼ ਨੂੰ ਅਤੇ ਸਾਰੇ ਪੰਜਾਬੀ ਨੂੰ ਦੱਸਣਾ ਚਾਹੁੰਦਾ ਕਿ ਆਪਣੇ ਘਰ ਹੁੰਦੇ ਆ ਪਿੰਡਾਂ ਦੇ ਵਿੱਚ, ਘਰ ਨੂੰ ਜਿੰਦਰਾ ਹੁੰਦਾ ਕਿਉਂਕਿ ਟੱਬਰ ਉੱਥੇ ਗਿਆ ਹੁੰਦਾ ਤਾਂ ਅਸੀਂ 2 ਸਾਲ ਹੀ ਮੁੜਨਾ ਹੁੰਦਾ। ਬਿਲਕੁਲ, ਉੱਥੇ 3-4 ਮੋਟੀਆਂ ਸਮਾਂ ਨੇ ਟੂਟੀ ਚੱਲਣੋਂ ਹਟ ਗਈ ਜੀ, ਜਾਮ ਹੋ ਗਿਆ ਉੱਥੇ ਕਿਉਂਕਿ ਘਰ ਖੁੱਲਾ ਨਹੀਂ ਤੇ ਉਹਦੇ ਰੰਗ ਰੁੰਗ ਜਿਹੜਾ ਕੀਤਾ ਉਹਦੇ ਪੇਤੜੇ ਜਾਂ ਉਤਰਨ ਲੱਗ ਪਏ। ਬਿਲਕੁਲ, ਠੀਕ ਹੈ ਜੀ, ਉੱਥੇ ਖਿਲਪੜਾਂ ਜੀਆਂ ਜਿਹੜੀਆਂ ਹੁੰਦੀਆਂ ਟਿਪੀਕਲ। ਹਾਂਜੀ, ਉਹਦੇ ਤੋਂ ਬਾਅਦ ਇਹ ਹੁੰਦਾ ਕਿ ਭਾਈ ਹੁਣ ਜਿਹੜੀ ਵੀ ਚੀਜ਼ ਲੋਹੇ ਦੀ ਉਹਨੂੰ ਜੰਗ ਲੱਗ ਗਿਆ ਜੀ, ਦਰਵਾਜ਼ੇ ਖੁੱਲਣੋਂ ਹਟ ਗਏ, ਦਰਵਾਜ਼ੇ ਇੱਕ ਦੂਜੇ 'ਚ ਫਸ ਗਏ ਤੇ ਜਾਲੇ ਜੂਲੇ ਲੱਗ ਗਏ ਤੇ ਛੱਤ ਵੀ ਜਿਹੜੀ ਥੱਲੇ ਆਉਣ ਲੱਗ ਪਈ ਜੀ, ਘਾਹ ਉੱਗ ਪੈਂਦਾ, ਇਹ ਗੱਲ ਥੋੜੀ ਸੱਚੀ ਹੈ, ਸੱਚੀ, ਠੀਕ ਗੱਲ, ਫਰਨੀਚਰ ਜਿਹੜਾ ਲੱਕੜ ਦਾ ਉਹਨੂੰ ਸਿਉਂਕ ਲੱਗ ਗਈ। ਹਾਂ, ਪਰ ਫਿਰ ਵੀ ਹਿੰਮਤ ਨਹੀਂ ਪੈਂਦੀ ਹੁੰਦੀ ਕਿ ਆਪਣੇ ਘਰ ਦੇ ਵਿੱਚ ਕਿਸੇ ਨੂੰ ਵਾੜ ਦਈਏ ਜੇ ਇਦਾਂ ਦਾ ਕੰਮ ਕਰ ਲਈਏ। ਤੁਸੀਂ ਇਹ ਹੌਸਲਾ ਕੀਤਾ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਨਹੀਂ ਤਾਂ ਟੱਬਰ ਨੂੰ ਬਸਦਾ ਹੋ ਗਿਆ ਜੀ, ਟੱਬਰ ਨੂੰ ਮਨਾਉਣਾ ਬੜਾ ਔਖਾ ਹੁੰਦਾ। ਨਹੀਂ, ਸਾਨੂੰ ਖੁਸ਼ੀ ਹੁੰਦੀ ਵੀ ਜਿੱਥੇ ਅਸੀਂ ਬਸਦੇ ਘਰ ਦੇ ਵਿੱਚ ਜਿਹੜਾ ਫਿਰ ਉੱਜਣ ਲੱਗ ਪਿਆ ਸੀ ਉਹ ਬਸਣ ਲੱਗ ਪਿਆ। ਕੀ ਬਾਤ ਹੈ। ਅੱਛਾ, ਉਹਦੇ ਤੋਂ ਬਾਅਦ ਪਹਿਲਾਂ
ਕਿ ਤੁਸੀਂ ਲਾਇਬ੍ਰੇਰੀ ਬਣਾਤੀ ਉੱਥੇ ਕਿਤਾਬਾਂ, ਉਹ ਕਿਤਾਬਾਂ ਇਸ਼ੂ ਵੀ ਕਰਦੇ ਹੋ ਜੇ ਕੋਈ ਪੜ੍ਹਨ ਲਈ ਜਾਣਾ ਚਾਹੁੰਦਾ? ਬਿਲਕੁਲ, ਬਹੁਤ ਇਸ਼ੂ ਹੁੰਦੀਆਂ ਜੀ। ਠੀਕ ਹੈ ਜੀ, ਕਿਤਾਬਾਂ ਇਸ਼ੂ ਕਰ ਜਾਂਦੇ ਆ, ਰਿਕਾਰਡ ਬਣ ਕੇ ਰੱਖਦੇ ਆ ਵੀ ਕਿਹੜੇ ਪਿੰਡ ਦਾ, ਕਿਹੜੀ ਏਜ ਹੈ, ਮੁੰਡਾ ਹੈ ਜਾਂ ਕੁੜੀ ਹੈ, ਕਿਹੜੀ ਕਿਤਾਬ ਲੈ ਗਿਆ, ਕਿੰਨੀ ਵਾਰ ਲੈ ਕੇ ਗਿਆ, ਕਿੰਨੇ ਤੋਂ ਕਿੰਨੇ ਵਜੇ ਤੱਕ ਤੇ ਕਿਹੜੇ ਦਿਨ ਕਿਤਾਬ ਲੈ ਜਾ ਸਕਦੇ ਆ? ਦੇਖੋ 9 ਤੋਂ 5 ਵਜੇ ਤੱਕ ਮੰਡੇ ਥਰੂ ਆਪਣਾ ਸੈਟਰਡੇ ਖੁੱਲ੍ਹਾ ਰਹਿੰਦਾ। ਸੋਮਵਾਰ ਤੋਂ ਸ਼ਨੀਵਾਰ 9 ਵਜੇ ਆ ਜਾਓ, ਚਾਹੇ 4:30 ਵਜੇ ਆ ਜਾਓ, ਕਿਤਾਬ ਲੈ ਜਾਓ। ਖੁੱਲ੍ਹਾ ਹੋ, ਸਟਾਫ ਸਾਡਾ ਉੱਥੇ ਕੋ ਜਿਲੇ ਮਰਜੀ ਕਿਤਾਬ ਲੈ ਜਾਓ। ਕੀ ਬਾਤ ਹੈ, ਸਟਾਫ ਨੂੰ ਤਨਖਾਹ ਦਿੰਦੇ ਹੋ? ਹਾਂਜੀ। ਕੀ ਬਾਤ ਹੈ, ਠੀਕ ਹੈ ਜੀ। ਅਗਲੀ ਗੱਲ, ਇਹ ਬੜਾ ਜ਼ਰੂਰੀ ਹੋ ਗਿਆ ਕਿ ਤੁਸੀਂ ਮਟੀਰੀਅਲ ਰੱਖਦੇ ਹੋ ਜੀ, ਜਿਹੜਾ ਵੀ ਬੱਚਾ 12 ਕੰਪੀਟੀਸ਼ਨ ਹਰ ਮਹੀਨੇ ਦਾ ਇੱਕ, ਉਸ ਤਕਰੀਬਨ ਕਈ ਵਾਰੀ ਕਈ ਮਹੀਨੇ ਲੇਟ ਹੋ ਜਾਂਦਾ, ਡਿਪੈਂਡਿੰਗ ਪਨ ਆਨ ਦੇ ਕੋਸਟ ਕੱਢ ਲਈ ਆਪਾਂ। ਹਾਂ ਹਾਂ, ਕਿ ਬੱਚਾ ਮੰਨ ਲਓ 100 ਬੱਚਾ ਕਹਿੰਦਾ ਜੀ ਮੈਂ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਾ, ਬਾਬਾ ਬੰਦਾ ਸਿੰਘ ਬਹਾਦਰ ਦਾ ਕੰਪੀਟੀਸ਼ਨ ਤੁਸੀਂ ਕਰਾਇਆ, ਹਾਂ ਜੀ, ਤੇ ਤੁਸੀਂ ਉਹਨੂੰ ਮਟੀਰੀਅਲ ਦਿੰਦੇ ਹੋ ਕਿ ਤਿਆਰੀ ਕਰ ਲਾ? ਹਾਂ ਜੀ। ਉਹ ਉਸ ਤੋਂ ਬਾਅਦ ਉਹ ਲਿਖਦੇ ਆ ਜਾਂ ਬੋਲ ਕੇ ਦੱਸਦੇ ਆ, ਫਿਰ ਪ੍ਰਾਈਜ਼ ਦਿੰਦੇ ਹੋ? ਹਾਂ ਜੀ। ਇਹਦੇ ਨਾਲ ਬੱਚੇ ਦੀ ਕਲਾ ਨਿਖਰਦੀ ਹੈ। ਬਿਲਕੁਲ। ਦੂਸਰਾ ਪ੍ਰੋਜੈਕਟ ਕਿਹੜਾ ਜੀ? ਅੱਛਾ, ਇਦੋਂ ਬਾਅਦਾਂ ਫਿਰ ਸਕਿੱਲਸ ਦਾ। ਠੀਕ ਹੈ ਜੀ। ਉਹ ਸਪੈਸ਼ਲੀ ਜੰਗਸਟਰ ਲਈ ਵੀ ਆ, ਜਿਹੜੇ ਪੜ੍ਹੇ ਲਿਖੇ ਪਲੱਸ 2 ਜਾਂ ਉਂਝ ਪੜ੍ਹੇ ਹੋਏ ਨੇ ਬੀਏ ਜਾਂ ਹੋਰ, ਔਰ ਨਾਨ ਜੰਗਸਟਰ ਲਈ ਜਿੱਦਾਂ ਵਿਡੋਜ਼ ਅਨਪੜ੍ਹ ਨੇ, ਜ਼ਿਮੀਂਦਾਰ ਹੈਗੇ ਨੇ, ਹੋਰ ਤਬਕਾ। ਹਾਂਜੀ। ਉਹ ਸਕਿੱਲ ਪੋਰਸ਼ਨ ਦੇ ਵਿੱਚ ਜਿਹੜਾ ਤਾਂ ਜੰਗਸਟਰ ਲਈ ਉਹ ਫੋਕਸ ਕਰੀਦਾ IT ਸਕਿੱਲ ਦੇਣ ਲਈ, ਇਨਫੋਰਮੇਸ਼ਨ ਟੈਕਨੋਲੋਜੀ। ਹਾਂਜੀ, ਅਸੀਂ 15 ਕੰਪਿਊਟਰ ਰੱਖੇ ਹੋਏ ਨੇ। ਅੱਛਾ। ਹਾਈ ਸਪੀਡ ਇੰਟਰਨੈਟ ਕਨੈਕਟਡ ਨੇ ਉਹ। ਫੀਸ ਕਿੰਨੀ ਲੈਂਦੇ ਹੋ? ਫੀਸ 0, ਸਾਰੇ ਸੈਂਟਰ ਦੇ ਵਿੱਚ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਪੈਸਾ ਕਦੇ ਐਕਸਚੇਂਜ ਨਹੀਂ ਹੁੰਦਾ, ਕਦੇ ਫੜੀਦਾ ਹੀ ਨਹੀਂ। ਠੀਕ ਹੈ ਜੀ। ਸਾਰੀਆਂ ਸਰਵਿਸ ਜਿਹੜੀਆਂ ਮੈਂ ਐਕਸਪਲੇਨ ਕਰਨੀ ਉਹ ਟੋਟਲੀ ਫ੍ਰੀ। ਟੋਟਲੀ ਫ੍ਰੀ, ਠੀਕ ਹੈ। ਅੱਛਾ, ਉਹਨਾਂ ਨੂੰ ਟ੍ਰੇਨਿੰਗ ਦੇ ਦੀ ਆ ਮਾਈਕਰੋਸਾਫਟ ਆਫਿਸ ਐਪਲੀਕੇਸ਼ਨ ਦਾ, 3 ਮਹੀਨੇ ਦਾ ਕੋਰਸ, ਐਕਸੈਲ, ਪਾਵਰ ਪੁਆਇੰਟ, ਪਿਵਟ ਪੁਆਇੰਟ, ਕਿਵੇਂ ਫਾਰਮੂਲਾ ਲਾਉਣਾ, ਕਿਵੇਂ ਸ਼ਾਰਟ ਕਰਨੇ, ਗ੍ਰਾਫਿਕ ਡਿਜ਼ਾਇਨ, ਜਿੱਦਾਂ ਆਪਣੇ ਮਾਰਕੀਟਿੰਗ ਮਟੀਰੀਅਲ ਤਿਆਰ ਕਰਨਾ। ਹੁਣ ਅਸੀਂ ਦੇ ਰਹੇ ਉਹਨਾਂ ਨੂੰ ਅਕਾਊਂਟਿੰਗ ਦੀ ਕੁੱਕ ਬੁੱਕ, ਜਿਹੜਾ ਬਾਹਰ ਸਿਸਟਮ ਯੂਜ਼ ਹੁੰਦਾ, ਉਹ ਪਰਪਜ਼ ਹੈ ਵੀ ਬਾਹਰੋਂ ਆਊਟਸੋਰਸ ਉਹਨਾਂ ਨੂੰ ਕੰਮ ਆਉਣਾ, ਜਿਹੜਾ ਸ਼ੁਰੂ ਹੋਵੇ, ਆਲਰੇਡੀ ਸ਼ੁਰੂ ਵੀ ਹੋ ਗਿਆ, ਹੋਰ ਵੀ ਆਵੇ। ਤੁਸੀਂ ਵੱਡੀਆਂ ਗੱਲਾਂ ਕਰ ਦਿੱਤੀਆਂ ਕਿ ਆਹ ਸਿਖਾਉਂਦੇ ਆ, ਮੇਰੇ ਛੋਟੇ ਛੋਟੇ ਸਵਾਲਾਂ ਦਾ ਛੋਟਾ ਜਵਾਬ ਦਿਓ, ਕੀ ਬੱਚੇ ਆਉਂਦੇ ਆ ਕਦੇ? ਇੱਦਾਂ ਤਾਂ ਨਹੀਂ ਆਉਂਦੇ ਨਹੀਂ? ਬੜਾ ਡਿਸਿਪਲਿਨ ਰੱਖੀਦਾ ਜੀ, ਪਹਿਲਾਂ ਪ੍ਰੀ ਰਜਿਸਟ੍ਰੇਸ਼ਨ ਕਰਾਈ ਦੀ ਆ, ਜੇ ਇੱਕ ਵਾਰ ਇੱਕ ਬੱਚਾ ਵੀ ਐਬਸੈਂਟ ਹੈ, ਦੂਜੀ ਵਾਰ ਉਹਨੂੰ ਖੜ ਕੇ ਦੱਸਣਾ ਪੈਂਦਾ ਕਲਾਸ ਨੂੰ ਮੈਂ ਕਿਉਂ ਨਹੀਂ ਆਇਆ, ਜੇ ਉਹਦਾ ਰੀਜ਼ਨ ਠੀਕ ਨਹੀਂ ਹੈਗਾ, ਸੈਕੰਡ ਟਾਈਮ ਜੇ ਨਾ ਆਇਆ ਤਾਂ ਹੀ ਇਜ਼ ਆਊਟ, ਆਊਟ, ਹੀ ਔਰ ਸ਼ੀ ਇਜ਼ ਆਊਟ। ਡਿਸਿਪਲਿਨ ਤੋਂ ਪਰੇ, ਟੋਟਲ ਡਿਸਿਪਲਿਨ। ਅੱਛਾ, ਜਿਹੜੇ ਤੁਹਾਡੇ ਬੱਚੇ 3 ਮਹੀਨੇ ਦਾ ਕੋਰਸ ਕਰਦੇ ਆ IT ਦਾ ਜੀ, ਉਹ ਕਿਸੇ ਕੰਮ ਧੰਦੇ ਜੋਗੇ ਹੋ ਵੀ ਜਾਂਦੇ ਆ? ਕਈ ਉਹਨਾਂ 'ਚੋਂ ਬੈਂਕਾਂ 'ਚ ਲੱਗ ਗਏ ਆਲਰੇਡੀ, ਐਗਜ਼ਾਮਪਲਸ ਨੇ, ਕਿਸੇ ਨੂੰ ਹਸਪਤਾਲ ਮਿਲ ਗਈ ਜੀ, 3 ਕੁ ਬੱਚਿਆਂ ਨੇ ਆਪਣਾ ਫ੍ਰੀਲੈਂਸਰ ਦਾ ਕੰਮ ਸ਼ੁਰੂ ਕਰਤਾ, ਉਹ ਸ਼ਹਿਰਾਂ ਜਾਂਦੇ ਜੀ, ਸਾਡੇ ਕੋਲੋਂ ਆਪਣਾ ਬਿਜ਼ਨਸ ਕਾਰਡ ਡਿਜ਼ਾਇਨ ਕਰਾ ਲਓ ਜੀ, ਸਾਡੇ ਕੋਲੋਂ ਮਾਰਕੀਟ ਮਟੀਰੀਅਲ ਡਿਜ਼ਾਇਨ ਕਰ ਲਓ। ਬਿਲਕੁਲ। ਔਰ ਅਸੀਂ ਬਾਹਰੋਂ ਵੀ, ਸ਼ਿਕਾਗੋ ਤੋਂ ਵੀ ਉਹਨਾਂ ਨੂੰ ਬਿਜ਼ਨਸ ਭੇਜਿਆ ਆਨਲਾਈਨ ਜੀ, ਉਹਨਾਂ ਨੇ ਐਕੂਰੇਟਲੀ ਐਂਡ ਟਾਈਮਲੀ ਕੰਪਲੀਟ ਕਰਕੇ ਬਾਸ ਦਿੱਤਾ। ਅਤੇ ਜਿੱਦਾਂ ਟਰਾਂਸਪੋਰਟਰ ਕਹਿੰਦੇ ਆ ਭਾਈ, ਤੁਸੀਂ ਸਾਡਾ ਆਊਟਸੋਰਸ ਕਰਦੇ ਹੋ? ਹਾਂਜੀ। ਤਨਖਾਹਾਂ ਮਿਲਦੀਆਂ ਉਹਨਾਂ ਨੂੰ? ਹਾਂਜੀ। ਕਿਆ ਬਾਤ ਹੈ, ਮੌਜਾਂ ਲੱਗ ਗਈਆਂ। ਚਲੋ, ਤਨਖਾਹ ਨਹੀਂ ਉਹਨਾਂ ਨੂੰ, ਜੋ ਵੀ ਪੈਸਾ ਮਿਲਦਾ ਉਹਨਾਂ ਨੂੰ ਜਾਂਦਾ, ਲਮਸਮ ਪੈਸਾ ਜਿਹੜਾ ਉਹਨਾਂ ਨੂੰ ਆ ਜਾਂਦਾ, ਜੋ ਕੰਮ ਕਰਨਗੇ ਰੁਪਈਏ ਮਿਲ ਜਾਣਗੇ। ਹੁਣ ਉਹਦੇ 'ਚ ਪਰਮਿਤ ਜੀ, ਜਿਹੜਾ ਅਕਾਊਂਟਿੰਗ ਦਾ ਸਿਖਾ ਲੈਣਾ ਨਾ, ਹਾਂਜੀ, ਦੂਜੇ ਪ੍ਰੋਜੈਕਟ ਤੇ ਹੁੰਦੇ ਨੀਡ ਬੇਸਿਸ ਤੇ। ਹਾਂਜੀ। ਤੁਸੀਂ ਬਿਜ਼ਨਸਮੈਨ ਹੋ, ਜੇ ਫਰਜ਼ ਕਰੋ USA ਬੈਠੇ, ਕੈਨੇਡਾ ਬੈਠੇ, ਤੁਸੀਂ ਇੱਕ ਵਾਰ ਕਿਸੇ ਲੋਡ ਪੈ ਗਈ, ਅਕਾਊਂਟਿੰਗ ਲੋਡ ਪੈਂਦੀ ਐਵਰੀ ਵੀਕ, ਐਵਰੀ ਡੇ। ਅਸੀਂ ਜਦੋਂ ਉਹ ਸਿਖਾਇਆ, ਸਾਡਾ ਪਰਪਜ਼ ਉਹ ਹੀ ਆ ਵੀ ਭਾਈ ਅਸੀਂ ਕਾਂਸਟੈਂਟਲੀ ਅਕਾਊਂਟਿੰਗ ਦਾ ਬਿਜ਼ਨਸ ਤੇ ਲੈਣਾ, ਗੜਗਾਉਂ, ਬੰਗਲੌਰ ਜਾਂ ਲਾਹੌਰ ਕਿਉਂ ਜਾਵੇ? ਕੀ ਬਾਤ ਹੈ, ਸਾਡੇ ਬੱਚਿਆਂ ਕੋਲ ਕਿਉਂ ਨਾ ਜਾਵੇ? ਸਾਡੇ ਪਿੰਡਾਂ ਦੇ ਬੱਚਿਆਂ ਦੇ ਦਿਮਾਗ ਉਹਨਾਂ ਨੂੰ ਘੱਟ ਨਹੀਂ। ਹਾਂ, ਮੌਕੇ ਦੀ ਗੱਲ ਹੈ, ਖੁਦ ਦੇਖਿਆ ਜੀ, ਉਹਨੇ ਸਮਾਰਟ ਨੇ ਜਿੰਨੇ USA ਦੇ ਯੰਗਸਟਰ ਨੇ ਜਾਂ ਕੈਨੇਡਾ ਦੇ ਜਾਂ ਜਿੰਨੇ ਜਿਹੜੇ ਗੜਗਾਉਂ ਤੇ ਬੰਗਲੌਰ ਬੈਠੇ। ਪੜਾਉਂਦਾ ਕੌਣ ਉਹਨਾਂ ਨੂੰ? ਅਸੀਂ ਟ੍ਰੇਨ ਟੀਚਰ ਟੈਪ ਕਰੀਦੇ ਆ ਸ਼ਹਿਰਾਂ ਤੋਂ ਜੀ, ਕਈ ਵਾਰੀ ਦੋਨੋਂ ਵੀ ਮੰਗਾਈਦਾ ਜੀ, ਜਿਵੇਂ ਹੁਣ ਨਾਨ ਟੈਕਨੀਕਲ ਟ੍ਰੇਨਿੰਗ ਲਈ ਅਸੀਂ ਜੂਟ ਤੋਂ ਪ੍ਰੋਡਕਟ ਬਣਾਉਣ ਦੀ ਟ੍ਰੇਨਿੰਗ ਦਿੱਤੀ, ਉਹ ਯੂਪੀ ਤੋਂ ਕੁੜੀ ਆਈ ਵੀ ਜੂਟ ਬਰਲੈਪ ਤੋਂ ਵੱਖੋ ਵੱਖਰੇ ਪ੍ਰੋਡਕਟ ਕਿਵੇਂ ਬਣਾਉਣੇ ਆ। ਕਿਹੜੇ ਪ੍ਰੋਡਕਟ? ਉਹ ਪ੍ਰੋਡਕਟ ਜੀ, ਮੈਂ ਅਮੇਜ਼ਿੰਗ, ਉਹ ਲੇਡੀ ਦੇ ਸਲੈਂਗ ਬੈਗਸ, ਟੋਟ ਬੈਗ, ਇੱਕ ਜਿਹੜੀਆਂ ਡੋਲ ਹੁੰਦੀਆਂ ਬਾਰਬੀ ਟਾਈਪ, ਇੱਥੋਂ ਲੈ ਕੇ ਇੰਨਾ ਸੋਹਣਾ ਬਾਈ ਹੈਂਡ ਉਹਨਾਂ ਨੇ ਉਹਨਾਂ ਦੀਆਂ ਡਰੈਸਿਸ ਬਣਾ ਕੇ ਚਾੜੀਆਂ ਉੱਤੇ ਜੀ। ਮੈਂ ਫੋਟੋ ਤੁਹਾਨੂੰ ਦਿਖਾਲੂੰਗਾ, ਮੈਂ ਉਹ ਨਾਲ ਲੈ ਕੇ ਨਹੀਂ ਆਇਆ, ਨਹੀਂ ਤਾਂ ਇਸ ਵੇਲੇ ਉਹ ਕੈਮਰੇ 'ਤੇ ਉਹ ਵੀ ਦਿਖਾਉਂਦੇ ਜੀ। ਉਹ ਉੱਦਾਂ ਦੇ ਪ੍ਰੋਡਕਟ, ਉਹ ਵੀ ਹੁਣ ਅਸੀਂ ਉੱਥੇ ਈ-ਕਾਮਰਸ ਸੈਟਅਪ ਕਰ ਲਈ ਆ USA ਦੇ ਵਿੱਚ ਜੀ। ਇਹ ਮੁੰਡਾ ਇੱਥੋਂ ਹੀ ਉਹਨੂੰ ਮੈਨੇਜ ਕਰੇਗਾ, ਅਪਲੋਡ ਫੋਟੋ ਕਰੇਗਾ, ਕੰਟੈਂਟ ਲਿਖੇਗਾ, ਉਹਨਾਂ ਨੂੰ ਪ੍ਰਮੋਟ ਕਰਾਂਗੇ। ਪਹਿਲਾਂ ਜਿੱਦਾਂ ਵਿਕੂਗਾ ਸਮਾਨ ਇਹਨਾਂ ਦਾ? ਵਿਕੂਗਾ ਜੀ, ਵਿਕੂਗਾ। ਉਹਨਾਂ ਦੀ ਇਨਕਮ ਬਣੂਗੀ ਜਿਹੜੀ। ਇਹ ਜਿਹੜੇ ਬੰਦੇ ਸਿਖਾਉਂਦੇ ਨੇ, ਚਾਹੇ ਉਹ IT ਦਾ ਕੰਮ ਸਿਖਾਉਂਦੇ ਆ, ਚਾਹੇ ਜੂਟ ਵਾਲਾ ਪ੍ਰੋਡਕਟ ਉਹ ਬੀਬੀ ਉੱਥੋਂ ਤੁਸੀਂ ਕਿਹਾ ਯੂਪੀ ਤੋਂ ਲਿਆਂਦੀ ਆ, ਹਾਂਜੀ, ਤਨਖਾਹ ਲੈਂਦੇ ਆ ਉਹ ਪੈਸੇ ਜਿਹੜੇ ਆ ਨਾ, ਜਿਹੜੀਆਂ ਰੈਕੋਗਨਾਈਜ਼ ਸਕਿੱਲ ਸੈਂਟਰ ਨੇ ਆਲਰੇਡੀ ਸੈਂਟਰਲ ਗਵਰਨਮੈਂਟ ਦੇ, ਹਾਂਜੀ, ਉਹਨਾਂ ਨੂੰ ਲਾਲਚ ਹੁੰਦਾ ਵੀ ਜਿਹੜੇ ਤੁਹਾਡੇ ਅਨਰੋਲਡ ਬੱਚੇ ਉਹ ਸਾਡੇ
ਹੁਸ਼ਿਆਰਪੁਰ ਸ਼ਹਿਰ ਤੋਂ ਜਦੋਂ ਅਸੀਂ ਗ੍ਰਾਫਿਕ ਡਿਜ਼ਾਈਨ ਸਿਖਾਇਆ, ਕੁੜੀ ਹੁਸ਼ਿਆਰਪੁਰ ਤੋਂ ਚੱਲ ਕੇ ਕੋਟਲੀ ਆਉਂਦੀ ਰਹੀ ਆ 20 ਕਿਲੋਮੀਟਰ। ਉਹਨੂੰ ਪੁੱਛਿਆ ਮੈਂ USA ਤੋਂ, ਮੈਂ ਕਿਹਾ ਸ਼ਹਿਰ ਤੋਂ ਤੂੰ ਕਿੱਦਾਂ ਆਉਂਦੀ ਆ? ਕਹਿੰਦੀ ਨੰਬਰ 1 ਤੁਸੀਂ ਪੈਸਾ ਕੋਈ ਨਹੀਂ ਦੇਣਾ, ਮੇਰਾ ਉੱਥੇ 15,000 ਰੁਪਇਆ ਮਹੀਨੇ ਦਾ ਲੱਗਣਾ ਹੈ। ਠੀਕ ਹੈ। ਸੈਕਿੰਡ, ਜਿਹੜੀ ਸਾਡੀ ਕੁਆਲਿਟੀ ਮਸ਼ਹੂਰ ਹੋ ਗਈ ਨਾ ਟ੍ਰੇਨਿੰਗ ਦੀ, ਸ਼ਹਿਰ ਕੋਈ ਨਹੀਂ ਦਿੰਦਾ। ਮੈਂ ਵੈਸੇ ਤਾਂ ਜਦੋਂ ਬੰਦੇ ਨੂੰ ਸਕਿੱਲ ਆ ਜਾਏ ਨਾ ਜੀ, ਫਿਰ ਉਹਨੂੰ ਕਿਸੇ ਕਾਗਜ਼ ਦੀ ਲੋੜ ਨਹੀਂ ਹੁੰਦੀ, ਕੋਈ ਸਰਟੀਫਿਕੇਟ ਵੀ ਮਿਲ ਜਾਂਦਾ ਕਿਸੇ ਕੋਰਸ ਦਾ। ਅਸੀਂ ISO ਰਜਿਸਟਰਡ ਹਾਂ ਸੈਂਟਰਲ ਗਵਰਨਮੈਂਟ ਨਾਲ, ਸਾਨੂੰ ਬਕਾਇਦਾ ਨੰਬਰ ਇਸ਼ੂ ਹੋਇਆ। ਠੀਕ ਹੈ। ਅਸੀਂ ਉਹ ਸਰਟੀਫਿਕੇਟ ਇਸ਼ੂ ਕਰਦੇ, ਉਹ ਰੈਕੋਗਨਾਈਜ਼ਡ ਹੈ। ਮੈਨੂੰ, ਮੈਂ ਡਰਦੇ ਨੇ ਪੁੱਛਿਆ ਨਾ ਜੀ ਨਹੀਂ, ਜਿਹੜੀ ਕਮੀ ਰਹੀ ਜੋ ਦੱਸਾਂਗੇ ਕਮੀਆਂ ਨੂੰ ਅਸੀਂ ਪੂਰੀ ਕਰਾਂਗੇ। ਅੱਛਾ, ਇੱਕ ਗੱਲ ਹੋਰ ਦੱਸਿਓ ਕਿ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕੋਈ ਹੋਰ ਵੀ ਇੱਕ ਚੀਜ਼ ਸਿਖਾਉਂਦੇ? ਮੈਂ ਇੱਕ ਚੀਜ਼ ਬਹੁਤ ਵੱਡੀ ਸਮੱਸਿਆ ਹੁੰਦੀ ਆ ਸਾਡੇ ਪਿੰਡਾਂ ਵਾਲਿਆਂ ਦੀ ਨਾ, ਇੱਕ ਦਿੱਕਤ ਆ ਮੇਰੀ ਵੀ ਕਿ ਅਸੀਂ ਜੇ ਬਿਜਲੀ ਦਾ ਮੀਟਰ ਵੀ ਲਵਾਉਣਾ, ਅਰਜ਼ੀ ਲਿਖਣੋਂ ਝੱਕਦੇ ਹਾਂ, ਅਸੀਂ ਜੇ ਕਿਸੇ ਸਰਕਾਰੀ ਸਕੀਮ ਦਾ ਫਾਇਦਾ ਲੈਣਾ, ਕੋਈ ਫਾਰਮ ਭਰਨਾ, ਤਾਂ ਅਸੀਂ ਸ਼ਹਿਰ ਦੇ ਵਿੱਚ ਜਾ ਕੇ ਲੱਭਦੇ ਹਾਂ ਅਤੇ ਅਗਲੇ ਫਿਰ ਇੱਦਾਂ ਵੜਾਂਗਾ ਕਰਦੇ ਕਿ ਭਾਈ ਇੰਨੀ। ਬਿਲਕੁਲ ਬਿਲਕੁਲ। ਜੇ ਕਿਤੇ ਢੋ ਮੇਲਾ ਬਣਿਆ ਹੁੰਦਲ ਸਾਹਿਬ, ਇਹ ਵੀ ਉੱਥੇ ਜੇ ਸ਼ੁਰੂ ਕਰਦੇ ਹੋ ਕਿ ਫਾਰਮ ਫੁਰਮ ਪਿੰਡ ਵਾਲੇ ਦੇ ਉੱਥੇ ਭਰ? ਉਹ ਜੀ ਹੋ ਰਿਹਾ। ਆਪਾਂ 2 ਪਾਰਟ ਦੀ ਗੱਲ ਕਰ ਲਈ ਨਾ, ਲਾਇਬ੍ਰੇਰੀ ਅਤੇ ਸਕਿੱਲ ਵਾਲੀ ਜੀ। ਤੀਜਾ ਪੋਰਸ਼ਨ ਹੈਗਾ ਉਹ ਹੈਗਾ ਕਾਮਨ ਸਰਵਿਸਿਜ਼ ਜੀ। ਡਿਜੀਟਲ ਇੰਡੀਆ ਥੱਲੇ ਸੈਂਟਰਲ ਗੌਰਮੈਂਟ ਦੀ ਸਕੀਮ ਸੀ ਵੀ CSC ਉਹਨੂੰ ਕਹਿੰਦੇ ਆ ਆਪਣੇ ਕਾਮਨ ਸਰਵਿਸਿਜ਼ ਸੈਂਟਰ ਜੀ। ਉਹਨਾਂ ਨੇ ਸਾਡੇ ਮੁੰਡੇ ਦਾ ਮੈਨੇਜਰ ਦਾ ਪੂਰੀ ਸਕਰੀਨਿੰਗ ਕਰਕੇ, ਬੈਕਗਰਾਊਂਡ ਚੈੱਕ ਕੇ, ਉਹਦਾ ਰੈਕਡ ਚੈੱਕ ਕਰਕੇ ਉਹਨੂੰ ਆਥੋਰਾਈਜ਼ ਕੀਤਾ ਵੀ ਸਾਰੇ ਸੈਂਟਰਲ ਗੌਰਮੈਂਟ ਦੀਆਂ ਸਰਵਿਸਿਜ਼ ਦਾ ਪਾਸਵਰਡ ਅਤੇ ਪੋਰਟਲ ਦਿੱਤਾ ਜੀ। ਉਹਦੇ ਥੱਲੇ ਪਾਸਪੋਰਟ ਬਣਦੇ ਨੇ, ਆਧਾਰ ਕਾਰਡ, ਪੈਨ ਕਾਰਡ ਕਰੈਕਟ ਕਰਾਉਣੇ, ਰੇਲਵੇ ਟਿਕਟ ਲੈਣੀ ਆ, ਉਹਦੇ ਤੁਸੀਂ ਜ਼ਿਮੀਂਦਾਰਾਂ ਨੇ ਕ੍ਰੋਪ ਇੰਸ਼ੋਰੈਂਸ ਕਰਾਉਣੀ ਆ, ਜ਼ਿਮੀਂਦਾਰਾਂ ਨੇ ਆਪਣੇ ਮੋਦੀ ਵਾਲੀ 6,000 ਸਕੀਮ 'ਚ ਪ੍ਰੋਫਾਈਲ ਅਪਲੋਡ ਕਰਨੀ, ਸਭ ਕੁਛ ਉੱਥੇ ਹੁੰਦਾ। ਫਿਰ ਜਿਹੜੀਆਂ ਪੰਜਾਬ ਗੌਰਮੈਂਟ ਦੀਆਂ ਸਰਵਿਸਿਜ਼ ਹੈ ਸੇਵਾ ਕੇਂਦਰ ਦੀਆਂ, ਉਹ ਅਸੀਂ ਆਥੋਰਾਈਜ਼ ਤਾਂ ਨਹੀਂ ਹੈ ਪਰ ਸਾਰਿਆਂ ਦਾ ਪੇਪਰ ਵਰਕ ਕੰਪਲੀਟ ਐਕੂਰੇਟ ਕਰ ਦਈਦਾ, ਉਹ ਜਾ ਕੇ ਫੜਾ ਦਿੰਦੇ। ਕਿੰਨੇ ਪੈਸੇ ਲੈਂਦੇ? ਅਸੀਂ ਪੈਸਾ 0 ਜੀ, ਪੈਸਾ ਤਾਂ ਚਾਰਜ ਹੀ ਦੇਣਾ ਕਰਨਾ ਸਾਡਾ ਨਾ। ਉੱਥੇ ਕਈ ਆਉਂਦੇ ਨੇ ਜਿਹੜੇ ਬਿਲ ਟੂ ਡੂ ਬੰਦੇ ਆ, ਉਹ ਯਾਰ ਅਸੀਂ ਸ਼ਹਿਰਾਂ 'ਚ ਧੱਕੇ ਖਾਣੇ ਸੀ ਸਾਰੀ ਦਿਹਾੜੀ, ਫਿਰ ਉੱਥੇ ਜਿਹੜਾ ਆਪਣਾ 500-700 ਹਜ਼ਾਰ ਰੁਪਇਆ ਵੀ ਦੇਣਾ ਸੀ ਵੀ ਤੂੰ ਮੇਰਾ ਕੰਮ ਕਰ ਦੇ, ਇੱਥੇ ਮੁਕਤ ਹੁੰਦਾ ਪੈਸੇ ਲੈ ਲਓ, ਉਹਨਾਂ ਨੂੰ ਕਹੀਦਾ ਨਾ ਆਪਣੇ ਪਿੰਡ ਗਰੀਬ ਲੱਭੋ, ਉਹਨੂੰ ਅੱਜੇ ਜਾ ਕੇ ਫੜਾ, ਅੱਜੇ ਜਾ ਕੇ ਫੜਾ। ਚੌਥਾ ਪ੍ਰੋਜੈਕਟ ਜੀ? ਚੌਥਾ ਪ੍ਰੋਜੈਕਟ ਜਿਹੜਾ ਹੈਗਾ ਉਹ ਹੈਗਾ ਫੁੱਲ ਸਕੇਲ ਵੀਡੀਓ ਕਾਨਫਰੰਸ ਰੂਮ ਬਣਾਇਆ ਹੋਇਆ ਜੀ। ਉਹ ਰਿਮੋਟਲੀ ਵੈਬਿਨਾਰ ਅਤੇ ਸੈਮੀਨਾਰ ਜਿੱਦਾਂ ਕਿ ਜੇ ਕੋਈ ਐਗਰੀਕਲਚਰ ਦਾ ਐਕਸਪਰਟ ਹੈ, ਜਿਵੇਂ ਉਹ ਡਾਕਟਰ ਅੱਲਾ ਰੰਗ ਨੇ ਆਪਣੇ ਕੋਲ ਪਟਿਆਲੇ ਦੇ ਕੋਲ ਡੀਨ ਹੁੰਦੇ ਸੀ ਆਪਣੇ ਹਾਰਟੀਕਲਚਰ ਦੇ ਜਾਂ ਪਲਾਂਟ ਬ੍ਰੀਡਿੰਗ ਦੇ ਯੂਨੀਵਰਸਿਟੀ ਤੋਂ, ਉਹਨਾਂ ਦਾ ਆਪਣਾ ਫਾਰਮ ਹੈ, ਉਹ ਕਣਕ ਦੀ ਬਜਾਏ ਫੁੱਲ ਲਾਉਂਦੇ ਨੇ ਔਰ ਫੁੱਲਾਂ ਦਾ ਸੀਡ ਪ੍ਰੋਸੈਸ ਕਰਕੇ ਉਹ ਬਾਹਰ ਭੇਜਦੇ ਨੇ ਯੂਰਪ, ਅਮੈਰੀਕਾ ਅਤੇ ਕੈਨੇਡਾ। ਬਹੁਤ ਬਿਜ਼ਨਸ ਹੈ ਉਹਨਾਂ ਦੇ ਨਾਲ, 200 ਆਲਰੇਡੀ ਫਾਰਮਰ ਮਾਲਵੇ ਦਾ ਜੁੜਿਆ ਹੋਇਆ, ਜਿਹੜਾ ਕੰਟਰੈਕਟ ਬੇਸਿਸ ਦੇ ਉੱਤੇ ਉਹ ਫੁੱਲ ਲਾਉਂਦੇ, ਉਹਨਾਂ ਨੂੰ ਪਹਿਲਾਂ ਦੱਸ ਦਿੰਦੇ ਵੀ ਇੰਨੇ ਭਾਅ 'ਤੇ ਚੱਕਣੇ ਆ, ਫਲੋਰੀਕਲਚਰ ਨੂੰ ਹਾਂਜੀ ਜਿਹੜਾ ਕੀ। ਅੱਛਾ, ਉਹ ਅਸੀਂ ਉਹਨਾਂ ਨੂੰ ਰਿਮੋਟਲੀ ਲਿਆਂਦਾ ਆਪਣੇ ਫੁੱਲ ਸਕੇਲ ਵੀਡੀਓ ਕਾਨਫਰੰਸ ਰੂਮ। 2 ਵੀਕ ਪਹਿਲੇ ਜ਼ਿਮੀਂਦਾਰ ਇਕੱਠੇ ਹੋਏ, ਉਹਨਾਂ ਨੇ ਸਵਾਲ ਜਵਾਬ ਪੁੱਛੇ, ਤਿਆਰ ਆ ਜਾਂਦੇ ਸੁਣਨ ਗੱਲ। ਹਾਂਜੀ, ਬਚ ਗਿਆ, ਅੱਤ ਪੈ ਗਈ ਜੀ ਸਿਸਟਮ, ਹੁਣ ਤੋਂ ਲੋਕ ਤੁਰੇ ਦੇ 100-100 ਬੰਦਾ ਆ ਜਾਂਦਾ ਡੇਲੀ ਉੱਥੇ। ਕੀ ਬਾਤ ਹੈ। ਅੱਛਾ, ਉਹਨਾਂ ਨੂੰ ਕਰਾਇਆ, ਹੁਣ ਸਾਡੇ ਜਿਹੜੇ 4 ਜ਼ਿਮੀਂਦਾਰਾਂ ਨੇ ਕੰਟਰੈਕਟ, ਉਹਨਾਂ ਨੇ ਸਾਈਨ ਕਰ ਲਿਆ ਵੀ ਅਸੀਂ ਕਣਕ ਦੀ ਬਜਾਏ ਫੁੱਲ ਲਾਉਣੇ ਆ, ਔਰ ਉਹਦੀ ਇਨਕਮ 3 ਗੁਣਾ ਜ਼ਿਆਦਾ ਕਣਕ ਨਾਲ ਹੁੰਦੀ ਆ ਜੇ ਫੁੱਲਾਂ ਦੀ ਲਾਉਂਦੇ ਆ। ਅਸੀਂ ਆਪਣੇ ਜ਼ਿਮੀਂਦਾਰਾਂ ਨੂੰ ਕੀ ਗਰੰਟੀ ਦਿੱਤੀ ਵੀ ਜੇ ਸਾਡਾ ਕਣਕ ਦਾ 35,000 ਬਚਦਾ ਨਾ 40, ਅਸੀਂ 40 ਤੋਂ ਘੱਟ ਨਹੀਂ ਬਚੂਗਾ, ਮੈਂ ਕੋਲੋਂ ਦਊਂਗਾ, ਤੁਸੀਂ ਸਵਿੱਚ ਕਰੋ, ਸਵਿੱਚ ਕਰ ਲਓ। ਹਾਂ, ਉਹ ਤਿਆਰ ਹੋ ਗਏ ਪਰ ਸਾਨੂੰ ਪਤਾ ਵੀ ਉਦੋਂ ਵਾਧੂ ਬਣਨੇ ਨੇ। ਅੱਛਾ, ਮੈਨੂੰ ਇੱਕ ਚੀਜ਼ ਦੱਸਿਓ। ਅੱਛਾ, ਉਹਦੇ ਲਈ ਮੈਂ ਜੇ ਇਸੇ ਫੁੱਲ ਸਕੇਲ ਵੀਡੀਓ ਕਾਨਫਰੰਸ ਦੇ ਕੇ ਬਹੁਤ ਵੱਡਾ ਐਲੀਮੈਂਟ ਹੋ ਰਿਹਾ। ਐਵਰੀ ਸੈਟਰਡੇ ਨਰਸ ਆਉਂਦੀ ਆ ਉਸ ਕਮਰੇ 'ਚ, ਆਲੇ ਦੁਆਲੇ ਦੇ ਪਿੰਡਾਂ ਦੇ ਪੇਸ਼ੈਂਟ ਆਉਂਦੇ, ਉਹਨਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਲੈਵਲ, ਸਾਰੇ ਵਾਈਟਲ ਚੈੱਕ ਕਰ ਲੈਂਦੀ ਆ, ਰਿਕਾਰਡ ਕਰ ਲੈਂਦੀ ਆ ਜੇ ਦਵਾ ਲੈਂਦੇ ਹਾਂ, ਕਿਹੜੀ ਦਵਾ, ਕੀ ਪ੍ਰੋਬਲਮ ਹੈ। 1.5 ਘੰਟੇ ਬਾਅਦ ਕੈਲੀਫੋਰਨੀਆ ਤੋਂ ਬੈਠਾ ਪੰਜਾਬੀ ਡਾਕਟਰ ਉਸ ਵੀਡੀਓ ਕਾਨਫਰੰਸ ਦੇ ਉੱਤੇ ਆਉਂਦਾ, ਨਰਸ ਕੋਲ ਬਿਠਾ ਲਊਗੀ, ਕਹੂ ਜੀ ਡਾਕਟਰ ਸਾਹਿਬ ਇਹ ਪਰਮੀਟ ਬਾਟ ਬੈਠੇ ਨੇ, ਇਹਨਾਂ ਨੂੰ ਆਹ ਪ੍ਰੋਬਲਮ, ਇਹਨਾਂ ਦਾ ਆਹ ਡਾਟਾ। ਡਾਕਟਰ ਅਤੇ ਪੇਸ਼ੈਂਟ ਗੱਲ ਕਰਦੇ ਨੇ, ਫਿਰ ਡਾਕਟਰ ਕੁਛ ਨਾ ਕੁਛ ਰਿਕਮੈਂਡ ਕਰਦਾ, ਜੇ ਕਰਦਾ ਵੀ ਇਹਦਾ ਬਲੱਡ ਅਨੈਲਿਸਿਸ ਕਰੋ, ਗਰੀਬ ਲੋਕਾਂ ਦਾ ਅਸੀਂ ਪੇ ਕਰਕੇ ਉਹਨਾਂ ਨੂੰ ਭੇਜ ਦੇਈਦਾ, ਉਹ ਰਿਕਮੈਂਡੇਸ਼ਨ ਦਾ। ਕੀ ਬਾਤ। ਮੈਨੂੰ ਇੱਕ ਚੀਜ਼ ਦੱਸਿਓ ਕਿ ਅੱਜ ਜਦੋਂ ਤੁਸੀਂ ਕਹਿੰਦੇ ਸੀ ਨਾ ਕਿਸਾਨ ਸਨਮਾਨ ਨਿਧੀ, ਕੇਂਦਰ ਦੀਆਂ ਸਕੀਮਾਂ, ਸੂਬਾ ਸਰਕਾਰ ਦੀਆਂ ਸਕੀਮਾਂ, ਆਹ ਇਹਦੇ ਅਧੀਨ ਅਸੀਂ ਆਹ ਲੈ ਆਉਂਦੇ ਹਾਂ, ਇੰਨਾ ਜਗਾੜ ਜਿਹਾ, ਜਾਣੀ ਇਹ ਸਾਰਾ ਕੁਛ ਤਾਂ ਪੰਜਾਬ ਦੇ ਵਿੱਚ ਬੈਠੇ ਬੰਦੇ ਨੂੰ ਪਤਾ ਨਾ ਹੁੰਦਾ, ਤੁਹਾਨੂੰ ਇਹ ਜੁਗਤਾਂ ਕੌਣ ਦੱਸਦਾ? ਜੇ ਕਿਸੇ ਹੋਰ NRI ਨੇ ਆਪਣੇ ਪਿੰਡ ਸ਼ੁਰੂ ਕਰਨਾ ਹੋਵੇ, ਮਾੜਾ ਮੋਟਾ ਉਹਨੂੰ ਦੱਸ ਦਿਓਗੇ ਜੇ ਤੁਹਾਡੇ ਪਿੰਡ ਆਵੇ? ਮੈਂ ਕਿਹਾ ਜੀ ਅਸੀਂ SOP ਬਣਾਏ ਹੋਏ ਨੇ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹਰੇਕ ਚੀਜ਼ ਦੇ ਜੀ, ਜਿਹੜੀ PDF ਹੈ ਜੀ,
ਉਹ ਅਸੀਂ ਪ੍ਰੋਵਾਈਡ ਵੀ ਕਰ ਸਕਦੇ ਹਾਂ ਵੀ ਆਹ ਸਿਸਟਮ ਫੁੱਲ ਸਕੇਲ ਵੀਡੀਓ ਕਾਨਫਰੰਸ ਰੂਮ ਕਿਵੇਂ ਕੰਮ ਕਰ ਕੰਪੀਟੀਸ਼ਨ ਕਿਵੇਂ ਟ੍ਰੇਨਿੰਗ ਕਿਵੇਂ ਦੇਣੀ ਆ ਇਹ ਗੌਰਮੈਂਟ ਸਰਵਿਸਿਜ਼ ਕਿਵੇਂ ਆ ਜਿਹੜਾ ਉਹ ਚੀਜ਼ ਹੈ ਕਿੱਥੋਂ ਇਹ ਸ਼ੁਰੂ ਹੁੰਦਾ ਦੇਖੋ ਇੱਕ ਤਾਂ ਲੋਕਾਂ ਦੀ ਨੀਡ ਜਿਹੜੇ ਰਿਕੁਐਸਟ ਆਉਂਦੀ ਹੈ ਨਾ ਅਸੀਂ ਉਹਨੂੰ ਐਕਸਪਲੋਰ ਕਰਕੇ ਕਿਹਦਾ ਕਿਵੇਂ ਪੂਰੀ ਕਰੀਏ ਕਈ ਆਪਣੇ ਆਪ ਵੀ ਆ ਜਾਂਦੀਆਂ ਵੀ ਭਾਈ ਇਹ ਬੇਸਿਕ ਕਾਮਨ ਸੈਂਸ ਵਾਲੀਆਂ ਸਰਵਿਸਿਜ਼ ਪਤਾ ਹੀ ਆ ਵੀ ਸ਼ਹਿਰ ਜਾ ਕੇ ਲੋਕਾਂ ਨੇ ਧੱਕੇ ਖਾਣੇ ਆ ਜ਼ਿਮੀਦਾਰ ਨੇ ਫਾਰਮ ਕਿੱਥੋਂ ਅਪਲੋਡ ਕਰ ਦੇਣਾ ਜੇ ਫਾਰਮ ਕਿੱਥੋਂ ਲੋਡ ਉਹ ਵੀ ਪ੍ਰੋਵਾਈਡ ਕਰੀਏ ਸੋ ਇਹ ਕੰਬੀਨੇਸ਼ਨ ਹੈ ਅਸੀਂ ਐਕਸਪੈਂਡ ਹੁਣ ਸਪੋਕਨ ਇੰਗਲਿਸ਼ ਚੱਲ ਰਹੀ ਹੈ ਜੀ ਚੱਲ ਰਹੀ ਹੈ 30 ਬੱਚਿਆਂ ਨੂੰ ਸਪੋਕਨ ਇੰਗਲਿਸ਼ 3 ਮਹੀਨੇ ਦੀ ਸਿਖਾ ਰਹੇ ਹਾਂ ਮੁੰਡੇ ਕੁੜੀਆਂ ਨੂੰ ਉਹ ਪਿਛਲੀ ਵਾਰ ਜਦੋਂ ਮੈਂ ਆਇਆ ਆਪਣੇ ਪਿਛਲੇ ਮਾਰਚ ਦੇ ਵਿੱਚ ਉਦੋਂ ਰਿਕੁਐਸਟ ਕੁੜੀਆਂ ਦੀ ਆਈ ਵੀ ਅੰਕਲ ਸਾਨੂੰ ਲਿਖਣੀ ਵੀ ਆਉਂਦੀ ਆ ਪੜ੍ਹਨੀ ਵੀ ਆਉਂਦੀ ਸਾਨੂੰ ਬੋਲਣ ਤੋਂ ਇੰਨੀ ਸ਼ਰਮ ਹੈ ਹੁਣ 3 ਮਹੀਨੇ ਉਹਨਾਂ ਦੀ ਰਿਕੁਐਸਟਾਂ ਅਸੀਂ ਐਡ ਕਰ ਲਈ ਅੱਛਾ ਪਿੰਡ 5-7 ਹਜ਼ਾਰ ਦੀ ਵਧਦੀ ਆ ਨਾ ਜੀ ਸਾਡਾ ਪਿੰਡ ਤਾਂ 7-800 ਆ ਮਸੀ ਬਸ ਇਸੇ ਕਰਕੇ 8-10 ਪਿੰਡ ਰਲਾ 8-10 ਪਿੰਡ ਹੁਣ ਉਹ ਆਪਣਾ ਪਿੰਡ ਅਸੀਂ ਵੀ ਉਹਨਾਂ ਨੂੰ ਆਪਣਾ ਪਿੰਡ ਸਮਝਦਾ ਉਹ ਵੀ ਸੈਂਟਰ ਨੂੰ ਆਪਣਾ ਸੈਂਟਰ ਸਮਝਦੇ ਨੇ ਅੱਛਾ ਇਹ ਔਸਤਨ ਕਿੰਨੇ ਕੁ ਬੱਚੇ 50-60 ਬੱਚੇ ਹੈਗੇ ਸਾਰੇ ਪ੍ਰੋਜੈਕਟਾਂ ਦੇ ਵਿੱਚ ਇਸ ਲਈ ਜਿਹੜੀ ਵੀ ਸਕਿੱਲ ਸਿਖਾਉਣੀ ਹੋਵੇ ਨਾ ਜਿੰਨਾ ਸਾਡਾ ਟਾਰਗੇਟ ਉਦੋਂ ਬਹੁਤ ਜ਼ਿਆਦਾ ਰਜਿਸਟ੍ਰੇਸ਼ਨ ਹੋ ਜਾਂਦੀ ਆ ਅਸੀਂ ਉਹਨਾਂ ਨੂੰ ਸਕਰੀਨਿੰਗ ਕਰਕੇ ਸਗੋਂ ਟ੍ਰਿਮ ਕਰੀਦਾ ਅੱਛਾ ਐਨਆਰਆਈਜ਼ ਕਈ ਵਾਰੀ ਨਾ ਕਈ ਵਾਰੀ ਉਹਨਾਂ ਨੂੰ ਸਮੱਸਿਆ ਵੀ ਆਉਂਦੀ ਹੈ ਹਾਂਜੀ ਕਿ ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਉਹਨਾਂ ਲੱਗਦਾ ਹੁੰਦਾ ਨਾ ਜੀ ਇੱਥੇ ਪੰਜਾਬ ਦੇ ਵਿੱਚ ਕੀ ਹੈ ਇੱਥੇ ਕੋਈ ਨਿਆਣਾ ਸਿੱਖ ਸੁੱਖ ਕੇ ਰਾਜੀ ਨਹੀਂ ਇੱਥੇ ਜੋ ਮਰਜ਼ੀ ਕਰ ਲਓ ਕੁਛ ਨਹੀਂ ਹੁੰਦਾ ਇਸੇ ਤਾਂ ਪੈਸੇ ਖਾਣ ਵਾਲੇ ਹੀ ਹੈ ਪਰ ਤੁਸੀਂ ਦੱਸਦੇ ਹੋ ਕਿ ਨਿਆਣੇ ਸਿੱਖਣ ਨੂੰ ਤਿਆਰ ਨੇ ਤੁਸੀਂ ਦੱਸਦੇ ਹੋ ਕਿ ਜੇ ਇੱਕ ਸਿਸਟਮ ਬਣਾ ਲਈਏ ਤਾਂ ਸਾਰਾ ਕੁਝ ਠੀਕ ਹੋ ਸਕਦਾ ਐਨਆਰਆਈ ਨੂੰ ਸੁਨੇਹਾ ਦੇ ਦਿਓ ਦੇਖੋ ਦੇਖੋ ਇਹ ਇਹ ਕਮੀ ਨੇ ਕਈ ਐਨਆਰਆਈ ਇਹ ਵੀ ਸੋਚਦੇ ਨੇ ਪਿੰਡਾਂ ਵਾਲੇ ਵੀ ਸੋਚਦੇ ਛੱਡੋ ਪਰੇ ਜੀ ਸਾਰੀ ਸੁਸਾਇਟੀ ਦਾ ਸਤਿਆਨਾਸ਼ ਹੋ ਗਿਆ ਕੋਈ ਕਰਨ ਦੀ ਲੋੜ ਨਹੀਂ ਔਰ ਕਈ ਹੈਗੇ ਜਿਹੜੇ ਰੀਅਲਾਈਜ਼ ਕਰਦੇ ਆ ਜੀ ਸਭ ਤੋਂ ਜ਼ਿਆਦਾ ਖਾਸ ਕਰਕੇ ਟੈਕਨੋਲੋਜੀ ਦਾ ਬਿਜ਼ਨਸ ਅਮਰੀਕਾ ਤੋਂ ਜਿਹੜਾ ਆਉਣਾ ਸ਼ੁਰੂ ਹੋਇਆ ਦੁਨੀਆ 'ਚੋਂ ਇੰਡੀਆ ਆ ਜੀ ਬੰਗਲੌਰ ਹੋ ਗਿਆ ਆਪਣਾ ਆਪਣਾ ਗੁਰਗਾਓਂ ਹੋ ਗਿਆ ਜਾਂ ਲਾਹੌਰ ਹੋ ਗਿਆ ਆਪਣਾ ਇਹ ਆ ਵੀ ਇਹਨਾਂ ਬੱਚਿਆਂ ਦੇ ਦਿਮਾਗ ਘੱਟ ਨੇ ਉਹ ਆਪਾਂ ਨੂੰ ਐਵੇਂ ਭੁਲੇਖਾ ਲੱਗਾ ਹੋਇਆ ਜੀ ਔਰ ਅਸੀਂ ਅੱਖੀ ਦੇਖਿਆ ਪਿਛਲੇ 4 ਸਾਲਾਂ 'ਚ ਵੀ ਬੱਚੇ ਕਿੰਨੇ ਹੁਸ਼ਿਆਰ ਨੇ ਕਿੰਨੇ ਰਿਸਪੈਕਟਫੁੱਲ ਨੇ ਦੇਖੋ ਛੋਟਾ ਜਿਹਾ ਜਿਹੜੇ ਖਰਾਬ ਹੈ ਨਾ ਉਹਨਾਂ ਨੂੰ ਡੋਮੀਨੇਟ ਹੋ ਜਾਂਦੇ ਪਰ ਬੈਸਟ ਮੈਜੋਰਟੀ ਆ ਹਾਰਡ ਵਰਕਿੰਗ ਇੰਟੈਲੀਜੈਂਟ ਲੇਡੀਜ਼ ਵੀ ਇੰਨੀਆਂ ਖੁਸ਼ ਨੇ ਵੀ ਅਸੀਂ ਤਾਂ ਪ੍ਰੋਡਕਟ ਕਦੇ ਸਿੱਖੇ ਨਹੀਂ ਸਕਦੇ ਜਿਹੜਾ ਸਾਨੂੰ ਆਮਦਨ ਹੋਣੀ ਸ਼ੁਰੂ ਹੋ ਜਾਣੀ ਨਹੀਂ ਚਲੋ ਹੁੰਦਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਤੁਸੀਂ ਹੁਣ ਜਦੋਂ ਦੁਬਾਰਾ ਆਏ ਨਾ ਉੱਥੇ ਮੈਂ ਤੁਹਾਡੇ ਕੋਲੇ ਪਿੰਡ ਫੇ ਆ ਜਾਣਾ ਜ਼ਰੂਰ ਜੀ ਠੀਕ ਹੈ ਜੀ ਜ਼ਰੂਰ ਆਇਓ ਪ੍ਰਸ਼ਾਦਾ ਛੱਕ ਕੇ ਜਾਣਾ ਹਾਂ ਅਸੀਂ ਪ੍ਰਸ਼ਾਦਾ ਵੀ ਮਿਲਦਾ ਅਸੀਂ ਦੇਖੋ ਜਿਹੜੇ ਬੱਚੇ ਹੁਣ ਅਟੈਂਡ ਕਰਦੇ ਰੋਜ਼ ਉਹਨਾਂ ਨੂੰ ਲੰਚ ਮਿਲਦਾ ਉਹ ਆਪ ਲੰਚ ਬਣਾਉਂਦੀਆਂ ਨੇ ਕੁੜੀਆਂ ਬਾਰੀਆਂ ਲਾਈਆਂ ਆ ਸਮਾਨ ਲਿਆ ਦੇਣਾ ਸਮਾਨ ਲਿਆ ਦੇਣਾ ਬਾਰੀਆਂ ਲਾਈਆਂ ਵੀ ਤੁਸੀਂ ਹੁਣ 3 ਮਹੀਨੇ ਦਾ ਕੋਰਸ ਸਿੱਖ ਰਹੇ ਹੋ ਠੀਕ ਹੈ ਅੱਜ ਤੇਰੀ ਵਾਰੀ ਆ 2 ਦੀ ਅੱਜ ਕੱਲ ਨੂੰ ਤੇਰੀ ਵਾਰੀ ਆ ਤੁਸੀਂ ਬਣਾਉਣਾ ਆ ਚੀਜ਼ ਰਹਿ ਜਾਣੀ ਸੀ ਅਸੀਂ ਖੜਾਈਦਾ ਉਹ ਕੀ ਬਾਤ ਹੈ ਬੱਚੇ ਹੁਣ ਘਰ ਨੂੰ ਥੋੜੀ ਜਾਣਗੇ 10 ਮੀਲ ਜਾ ਕੇ ਜਾਂ 15 ਮੀਲ ਬਈ ਜਾ ਕੇ 1 ਕਿਲੋਮੀਟਰ ਤੇ ਮੈਂ ਰੋਕ ਕੇ ਆ ਕੇ ਆਵਾਂ ਨਹੀਂ ਚਲੋ ਅਸੀਂ ਰਿਕੁਐਸਟ ਇਹੋ ਕਰਾਂਗੇ ਭਾਈ ਵਿਜ਼ਿਟ ਜ਼ਰੂਰ ਕਰੋ ਜਿਹੜਾ ਵੀ ਐਨਆਰਆਈ ਆ ਨਾ ਜੀ ਠੀਕ ਹੈ ਟਾਈਮ ਲੱਗੇਗਾ ਟਰੈਵਲ ਲੱਗਾ ਅੱਖੀਂ ਦੇਖ ਕੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨ 'ਚ ਲਿਆਓ ਆਪਾਂ ਤਾਂ ਇਹ ਕਹੀਦਾ ਵੀ ਬਾਬੇ ਨਾਨਕ ਦਾ ਜੇ ਹੁਕਮ ਮੰਨਣਾ ਨਾ ਜੀ ਨਾ ਬੜੇ ਗੁਰਦੁਆਰੇ ਬਣਾ ਕੇ ਨਾ ਬੜੇ ਸਮਾਗਮ ਕਰਕੇ ਨਾ ਬੜੇ ਜਿਹੜੇ ਆਪਣੇ ਹੈਗੇ ਪ੍ਰਚਾਰਕ ਲਿਆ ਕੇ ਉਹਨਾਂ ਚੀਜ਼ਾਂ ਨਾਲ ਤਾਂ ਦੇਖ ਲਿਆ ਇਨਸਾਨੀਅਤ ਤਾਂ ਥੱਲੇ ਜਾ ਰਹੀ ਨਾ ਜੇ ਪੰਜਾਬ ਨਾਲ ਦਰਦ ਹੈ ਸਿੱਖੀ ਬਾਹਰਲੇ ਮੁਲਕਾਂ 'ਚ ਨਹੀਂ ਬਚਣੀ ਇਹ ਪੰਜਾਬ 'ਚ ਜਿਹੜਾ ਕੰਮ ਕਰੋਗੇ ਉਹਦੇ ਕਰਕੇ ਬਚਣੀ ਔਰ ਹਿੱਸਾ ਪਾਓ ਔਰ ਵਿਜ਼ਿਟ ਕਰੋ ਔਰ ਸਾਨੂੰ ਕਾਲ ਕਰੋ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਾ ਜੀ ਥੈਂਕ ਯੂ ਮਿਹਰਬਾਨੀ ਥੈਂਕ ਯੂ ਜੀ ਸੋ ਸਰਦਾਰ ਭਵਿੰਦਰ ਸਿੰਘ ਜੀ ਹੁੰਦਲ ਸਾਹਿਬ ਬੌਬ ਹੁੰਦਲ ਸਾਹਿਬ ਸਾਡੇ ਨਾਲ ਅਮਰੀਕਾ ਦੇ ਵਿੱਚ ਰਹਿੰਦੇ ਆ 1971-72 ਦੇ ਗਏ ਹੋਏ ਨੇ ਭਾਈ ਤੁਸੀਂ ਇਹ ਦੇਖ ਲਓ ਕਿ ਉਹਨਾਂ ਦੇ ਜਾਣ ਤੋਂ ਬਾਅਦ ਹੀ ਐਮਰਜੈਂਸੀ ਲੱਗੀ ਉਹਨਾਂ ਦੇ ਜਾਣ ਤੋਂ ਬਾਅਦ ਹੀ ਬਹੁਤ ਕੁਛ ਹੋਇਆ 29 ਸਾਲ ਉਹ ਤਾਂ 23 ਆ ਜਾਣੀ ਤੁਸੀਂ ਟਪਾ ਹੀ ਗਿਆ ਜੀ ਸਭ ਕੁਛ ਅੱਧੀ ਸਦੀ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਪਿੰਡ ਦੇ ਨਾਲ ਦਰਦ ਹੈ ਮੈਂ ਫਿਰ ਦੱਸਦੇ ਹਾਂ ਕਿ ਤੁਸੀਂ ਹੁਸ਼ਿਆਰਪੁਰ ਵਾਲੇ ਪਾਸਿਓਂ ਆ ਜਾਓ ਤੁਸੀਂ ਜਲੰਧਰ ਵਾਲੇ ਪਾਸਿਓਂ ਤੁਸੀਂ ਸ਼ਾਮ 84 ਪੁੱਛ ਲੈਣਾ ਸ਼ਾਮ 84 ਕਿੱਥੇ ਪੈਂਦਾ ਅਤੇ ਸ਼ਾਮ 84 ਤੋਂ 1 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਹੀ ਤੁਹਾਨੂੰ ਕੋਟਲੀ ਅਰਾਈਆਂ ਪਿੰਡ ਲੱਭ ਪੈਣਾ ਛੋਟਾ ਜਿਹਾ ਪਿੰਡ ਹੈ ਉੱਥੇ ਮੇਰਾ ਪਿੰਡ 360 ਦਾ ਪ੍ਰੋਜੈਕਟ ਚੱਲਦਾ ਹੈ ਹੁੰਦਲ ਸਾਹਿਬ ਦਾ ਟੱਬਰ ਸੱਜਣਾ ਮਿੱਤਰਾਂ ਦੇ ਮਸ਼ਵਰੇ ਦੇ ਨਾਲ ਜਿਹੜਾ ਉਹ ਚਲਾਉਂਦਾ 8 ਸਾਲ ਹੋ ਗਏ ਤੁਸੀਂ ਅੰਦਾਜ਼ਾ ਲਾਓ ਕਿ ਕੀ ਇਹ ਸੰਭਵ ਹੈ ਜ਼ਰੂਰੀ ਨਹੀਂ ਕਿ ਐਡੀ ਵੱਡੀ ਪੱਧਰ 'ਤੇ ਸ਼ੁਰੂ ਕਰਨਾ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਆਰਥਿਕ ਸਹਾਇਤਾ ਜੇ ਇਕੱਲੀ ਉਹ ਦੇ ਸਕਦੇ ਉਹ ਦੇ ਦਿਓ ਬੈਂਕ ਦੇ ਵਿੱਚ ਦਿੰਦੇ ਨੇ ਜੇ ਤੁਸੀਂ ਇਕੱਲੇ ਬੱਚਿਆਂ ਨੂੰ 2-4 ਨੂੰ 10 ਨੂੰ ਪੜ੍ਹਾ ਸਕਦੇ ਉਹ ਪੜ੍ਹਾ ਦਿਓ ਜੇ ਵੱਧ ਨੂੰ ਪੜ੍ਹਾ ਸਕਦੇ ਉੱਥੇ ਦੇਖ ਲਓ ਫਿਰ ਤੁਸੀਂ ਉਹ ਜੂਟ ਤੋਂ ਜਿਹੜੀਆਂ ਚੀਜ਼ਾਂ ਬਣਦੀਆਂ ਉਹਨਾਂ ਦੀ ਟ੍ਰੇਨਿੰਗ ਦਾ ਪ੍ਰੋਸੈਸ ਦੱਸਦਾ ਬੀਬੀਆਂ ਆਤਮ ਨਿਰਭਰ ਹੋ ਜਾਣਗੀਆਂ ਫਿਰ ਜਿਹੜੇ ਬੱਚੇ IT ਦਾ ਕੋਰਸ ਕਰਦੇ ਉਹਨਾਂ ਦੀ ਗੱਲ ਕਰ ਲਓ ਸਪੋਕਨ ਇੰਗਲਿਸ਼ ਦੀ ਗੱਲ ਕਰ ਲਓ ਫਿਰ ਜਿਹੜੇ ਆ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਫਾਰਮ ਵੀ ਭਾਈ ਉੱਥੇ ਭਰੇ ਜਾਂਦੇ ਆ ਇਹ ਕੁਛ ਹੀ ਹੁੰਦਾ ਵੱਡੀਆਂ ਕ੍ਰਾਂਤੀਆਂ ਕਰਨ ਦਾ ਸਮਾਂ ਨਾ ਆਵੇ ਆਪਣੇ ਪਿੰਡ ਦੇ ਵਿੱਚ ਆਪਾਂ ਸ਼ੁਰੂਆਤ ਕਰੀਏ ਨਾ ਅਤੇ ਉੱਥੇ ਬੈਠੇ ਹੀ
ਝਈਆਂ ਜਿਹੀਆਂ ਲਈ ਜਾਈਏ ਕਿ ਭਾਈ ਮੈਂ ਕੁਛ ਕਰਨਾ ਚਾਹੁੰਦਾ, ਜੇ ਕਰਨਾ ਚਾਹੁੰਦਾ ਤਾਂ ਕੋਟਲੀ ਰਾਈਆਂ ਆ ਜਾਓ, ਨਹੀਂ ਪਤਾ ਲੱਗਦਾ ਤਾਂ ਸਾਨੂੰ ਪੁੱਛ ਲਓ, ਮੈਨੂੰ ਪਰਮਜੀਤ ਸਿੰਘ ਬਾਠ ਨੂੰ ਪੁੱਛ ਲਓ, ਮੈਂ ਤੁਹਾਨੂੰ ਅਤਾ ਪਤਾ ਸਾਰਾ ਕੁਛ ਜਿਹੜਾ ਦੇ ਦੂੰਗਾ, ਭਾਵੇਂ ਅੱਧੀ ਰਾਤ ਨੂੰ ਠਾਲ ਲਓ ਇਸ ਕੰਮ ਦੇ ਲਈ, ਮੈਂ ਹਾਜ਼ਰ ਹਾਂ। ਪ੍ਰੋਗਰਾਮ ਚੰਗਾ ਲੱਗਿਆ, ਕੋਈ ਸੁਝਾਅ ਹੋਵੇ, ਕੋਈ ਟਿੱਪਣੀ ਹੋਵੇ, ਤੁਸੀਂ ਜ਼ਰੂਰ ਟਿੱਪਣੀ ਵਾਲੇ ਕਾਲਮ ਦੇ ਵਿੱਚ ਆਪਦੀ ਗੱਲ ਜਿਹੜੀ ਰੱਖ ਦਿਓ। ਸੋ ਹੁੰਦਲ ਸਾਹਿਬ ਨੂੰ ਅਤੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਆਗਿਆ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।